ਗੁਰਮੁਖੀ ਦੀ ਖਾਤਰ ਕੀ ਤੁਸੀਂ ਇੱਕ ਸ਼ੋਅ ਨਹੀਂ ਬਾਲ ਸਕੇ? ਤੁਹਾਡੇ ਅੰਦਰ ਇੰਨਾ ਵੀ ਇੰਨੀ ਵੀ ਜ਼ਮੀਰ ਨਹੀਂ ਜਾਗਦੀ ਕਿ ਤੁਸੀਂ ਇੱਕ ਸ਼ੋਅ ਨੂੰ ਬਾਲ ਸਕੋ? ਆਪਣੇ ਆਪ ਨੂੰ ਜਾ ਕੇ, ਘਰ ਜਾ ਕੇ ਆਪਣੇ ਆਪ ਨੂੰ ਜਾ ਕੇ ਪੁੱਛਿਓ, ਆਪਣੇ ਬੱਚਿਆਂ ਦੇ ਮੂਹਰੇ ਕੀ ਮੂੰਹ ਦਿਖਾਉਂਗੇ? ਤੁਸੀਂ ਕਿੱਥੇ ਖੜੇ ਹੋ? ਤੁਸੀਂ ਇਸ ਦੇਸ਼ ਨੇ ਤੁਹਾਨੂੰ ਕੀ ਨਹੀਂ ਦਿੱਤਾ? ਕੀ ਤੁਸੀਂ ਆਪਣੀ ਮਾਂ ਬੋਲੀ ਦੀ ਖਾਤਰ ਥੋੜਾ ਜਿਹਾ ਵੀ ਨਹੀਂ ਕਰ ਸਕਦੇ? ਜੇ ਹੱਲੇ ਵੀ ਆਪਣੀ ਜ਼ਮੀਰ ਤੁਹਾਡੀ ਜਾਗਦੀ ਆ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਇੱਧਰ ਆ ਕੇ ਖੜੇ ਹੋਣਾ ਚਾਹੀਦਾ ਆ। ਜੇ ਇੱਕ ਦੋ ਜਣੇ ਵੀ ਆ ਜਾਣਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ। ਥੈਂਕ ਯੂ ਜੀ। ਹੈਲੋ, ਜਿੰਨੇ ਵੀ ਵੀਰ ਦੇਰ ਆਏ ਦੋਸਤ ਆ, ਜਿੰਨੇ ਵੀਰ ਛੋਲਾ ਬਾਈਕਾਟ ਕਰਕੇ ਆਏ ਆ, ਇਸ ਪ੍ਰੋਟੈਸਟ ਦੇ ਵਿੱਚ ਖੜੇ ਹੋਏ ਆ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਦਾ ਨਾ, ਇਹਦਾ ਸ਼ੋਅ ਸਪੋਂਸਰ ਕਰਨ ਵਾਲਿਓ ਇਸ ਬੰਦੇ ਨੂੰ ਸਪੋਂਸਰ ਕਰਨਾ ਬੰਦ ਕਰੋ। ਤੁਸੀਂ ਸਾਡੇ ਪੈਸਿਆਂ 'ਤੇ, ਇੱਥੇ ਦੀ ਸੰਗਤ 'ਤੇ, ਇੱਥੇ ਦੇ ਪੰਜਾਬੀ ਦੇ ਲੋਕਾਂ ਤੁਹਾਡੇ ਬਿਜ਼ਨਸ ਚੱਲਦੇ ਆ, ਤੁਹਾਡੇ ਆਟੇ ਉੱਤੇ ਕਿਸੇ ਨੇ ਨਹੀਂ ਖਰੀਦਣੇ, ਇਹ ਗੱਲ ਯਾਦ ਰੱਖਿਓ। ਇਹ ਪੰਜਾਬੀ ਤਾਂ ਚਾੜਦੇ ਨਾ, ਪੰਜਾਬੀ ਸਾਡੇ ਸਿੱਟਦੇ ਆ। ਹੁਣ ਮੈਂ ਬੇਨਤੀ ਕਰਾਂ ਕਦੋੜਾ ਸਾਹਿਬ ਨੂੰ, ਕਦੋੜਾ ਸਾਹਿਬ ਇੱਕ ਦੋ ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ। ਧੰਨਵਾਦ। ਹਾਂਜੀ ਵੀਰੇ, ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਿਆ, ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਆਉਣ ਵਾਲੇ ਸਮਿਆਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਮੋਹਰੇ ਸਰਨੀਵਾਨੀ ਕਰੋਗੇ, ਤੁਹਾਡੇ ਬੱਚੇ ਪੁੱਛਣਗੇ। ਇਤਿਹਾਸ ਤਾਂ ਹਰ ਰੋਜ਼ ਬਣਦਾ, ਇਤਿਹਾਸ ਤਾਂ ਸਦੀਆਂ ਤੋਂ ਬਣਦਾ ਆ ਰਿਹਾ, ਅੱਜ ਵੀ ਇਤਿਹਾਸ ਬਣਨਾ। ਤੇ ਨਾਲ ਦੀ ਨਾਲ ਵੀਰੋ, ਪੰਜਾਬੀ ਨੇ ਤੁਹਾਨੂੰ ਕੀ ਨਹੀਂ ਦਿੱਤਾ? ਉਹਨੂੰ ਪੁੱਛਿਆ ਜਾ ਕੇ, ਜੇ ਤੁਹਾਨੂੰ ਬਾਹਲਾ ਚਾਅ ਆ ਉਹਨੂੰ ਸੁਣਨ ਦਾ, ਉਹਨੂੰ ਪੁੱਛਿਆ ਜਾ ਕੇ ਤਾਂ ਤੁਹਾਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ? ਉਹ ਸਾਈਕਲ ਤੇ ਤੁਰਿਆ ਫਿਰਦਾ ਹੁੰਦਾ ਸੀ ਤੂੰ ਕਿਸੇ ਸਮੇਂ ਪੰਜਾਬ ਦੇ ਵਿੱਚ, ਤੈਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ? ਤੇ ਅੱਜ ਜਾ ਕੇ ਤੂੰ ਪੰਜਾਬੀ ਦੀ ਪਿੱਠ ਤੇ ਸ਼ਰਮ ਮਾਰ ਲੈ। ਪੰਜਾਬੀ ਗਿਣਤੀ ਚ 2% ਤਾਂ ਕਦੇ ਵੀ ਨਹੀਂ ਵਧੇ, ਪਰ ਤੁਸੀਂ ਉਹਨਾਂ ਦੀ ਔਲਾਦ ਹੋ। ਭਾਵੇਂ ਸਹਿਜਧਾਰੀ ਹੋ ਤੇ ਭਾਵੇਂ ਅੰਮ੍ਰਿਤਧਾਰੀ ਹੋ, ਬਾਬਾ ਨਾਨਕ ਦੀ ਫੁਲਵਾੜੀ ਹੋ ਤੁਸੀਂ। ਭੇਟਾਂ ਜ਼ਿਆਦੀਆਂ ਵੀ ਹੁੰਦੀਆਂ, ਏਡਾ ਤਾਂ ਫਿਕਰ ਨਹੀਂ ਕਰੀਦਾ, ਕੁਛ ਨਹੀਂ ਹੋਣ ਲੱਗਿਆ, ਇਹ ਚੋਂ ਕੱਖ ਨਹੀਂ ਕੱਢਣਾ, ਕੱਲ ਨੂੰ ਵੀ ਦਿਨ ਚੜ੍ਹਨਾ। ਪਰ ਤੁਹਾਡੀ ਜ਼ਮੀਰ ਨੂੰ ਪੁੱਛਿਆ ਕਿ ਕੱਲ ਨੂੰ ਦਿਨ ਕਿੱਦਾਂ ਦਾ ਚੜ੍ਹਨਾ? ਆਪਣੀ ਜ਼ਮੀਰ ਨੂੰ ਪੁੱਛੋ ਕਿ ਕੱਲ ਨੂੰ ਦਿਨ ਕਿੱਦਾਂ ਦਾ ਚੜ੍ਹਨਾ? 3 ਲੱਖ ਤੋਂ ਪੰਜਾਬੀ ਵੱਧ ਮਾਰੇ ਉਹਨੇ, ਜਿਹਦੇ ਨਾਲ ਖੜ ਖੜ ਕੇ, ਜਿਹਦੀ ਸੱਚੀ ਬਾਂਹ ਸੀ ਇਹ, ਉਹ ਜਿਹਦੀ ਸੱਚੀ ਬਾਂਹ ਸੀ ਤੁਹਾਡੇ ਭਰਾ, ਤੁਹਾਡੇ ਪੁੱਤ ਮਾਰ ਕੇ, ਉਹਨੂੰ ਸੱਚੀ ਬਾਂਹ ਸੀ। ਕੋਈ ਵੀ ਹੋਵੇ ਸਾਡੀ ਕੋਈ ਇੱਡੀ ਵੱਡੀ ਗੱਲ ਨਹੀਂ ਹੈ। ਪੰਜਾਬੀ ਸਿਰਫ ਚੜ੍ਹਾ ਵੀ ਦਿੰਦੇ ਆ, ਇਹ ਲਾ ਵੀ ਦਿੰਦੇ ਆ, ਇੱਡੀ ਕੋਈ ਗੱਲ ਨਹੀਂ ਹੈ, ਇਹ ਲਾ ਵੀ ਦਿੰਦੇ ਆ। ਜਿੱਦਾਂ ਲਾਉਂਦੇ ਆ ਨਾ ਰੋਲ ਦਿੰਦਾ ਪੈਰਾਂ ਦੇ ਵਿੱਚ, ਜਿੱਦਾਂ ਪੰਜਾਬੀ ਲਾਉਂਦੇ ਆ ਨਾ, ਬੰਦਾ ਮਿੰਨਤਾਂ ਕਰਦਾ, ਉਹ ਵੀ ਵੀਰ ਸਮਝ ਲੈਣ ਜਿਹਨਾਂ ਦੇ ਕਾਰੋਬਾਰ ਹੈ। ਵੀਰੋ, ਆਪਣੇ ਭਰਾਵਾਂ ਦੇ ਪਿੱਠ ਦੇ ਪਿੱਛੇ ਛੁਰੇ ਨਾ ਮਾਰੇ, ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ, ਹਰ ਇੱਕ ਗਾਉਣ ਵਾਲੇ ਦਾ ਵੀ ਸਤਿਕਾਰ ਕਰਦੇ ਹਾਂ, ਪਰ ਜਿਹੜਾ ਮੇਰੀ ਮਾਂ ਦੀ ਬੋਲੀ ਦੀ ਪਾਤਰ ਹੋਊਗਾ ਨਾ, ਉਹਦਾ ਨਹੀਂ ਸਤਿਕਾਰ। ਜਿਹੜਾ ਕਿਸੇ ਹੋਰ ਦੀ ਬੋਲੀ ਦੀ ਵੀ ਪਾਤਰ ਹੋਊਗਾ ਸਾਡਾ, ਉਹਦਾ ਅਸੀਂ ਉਹਦਾ ਵੀ ਨਹੀਂ ਸਤਿਕਾਰ ਕਰਦੇ। ਅਸੀਂ ਜੇ ਸਿੱਖ ਧਰਮ ਦੇ ਵਿੱਚ, ਅਸੀਂ ਓਨਾ ਹੀ ਸਤਿਕਾਰ ਗੀਤਾਂ ਦਾ ਵੀ ਕਰਦੇ ਹਾਂ, ਅਸੀਂ ਓਨਾ ਹੀ ਸਤਿਕਾਰ ਕੁਰਾਨ ਦਾ ਵੀ ਕਰਦੇ ਹਾਂ। ਏਡੀ ਵੱਡੀ ਗੱਲ ਨਹੀਂ ਹੁੰਦੀ, ਕੋਈ ਇਹਨੂੰ ਰੰਗ ਦਿੱਤੀ ਜਾਂਦੀ ਹੈ ਕਿ ਅਸੀਂ 4 ਜਣੇ ਇੱਕ ਹਰੇਕ ਪਾਸੇ ਰੌਲਾ ਪਾਉਂਦੇ ਹਾਂ, ਕੋਈ ਗੱਲ ਨਹੀਂ। ਲੜਦੇ ਬਚਿੱਤਰ ਸਿੰਘ ਹੁੰਦੇ ਆ, ਦੁਨੀ ਚੰਦ ਨਹੀਂ ਲੜਦੇ ਹੁੰਦੇ, ਦੁਨੀ ਚੰਦ ਕੰਧ ਟੱਪ ਕੇ ਦੌੜ ਜਾਂਦੇ ਹੁੰਦੇ ਆ, ਦੁਨੀ ਚੰਦ ਕੰਧ ਟੱਪ ਕੇ ਦੌੜ ਜਾਂਦੇ ਆ, ਲੜਦੇ ਹਮੇਸ਼ਾ ਬਚਿੱਤਰ ਸਿੰਘ ਆ। ਵਧਾਈ ਦੇ ਪਾਤਰ ਹੋ ਜਿਹੜੇ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਆਏ ਹੋ, ਜਿਹੜੇ ਵੀਰ ਮੀਡੀਆ ਨਾਲ ਰਿਲੇਟਡ ਹੈ ਉਹ ਹੋਰ ਵੀ ਵਧਾਈ ਦੇ ਪਾਤਰ ਹੈ, ਕਿਉਂਕਿ ਬੜਾ ਔਖਾ ਹੁੰਦਾ, ਬੜਾ ਔਖਾ ਹੁੰਦਾ ਜਿਹੜੇ ਮੀਡੀਆ ਨਾਲ ਰਿਲੇਟਡ ਵੀਰ ਹੈ, ਉਹਦੇ ਸੱਚ ਦੀ ਗੱਲ ਕਹਿਣੀ ਤੇ ਹਿੱਕ ਥਾਪੜ ਕੇ ਕਹਿਣੀ। ਵੀਰ ਝੰਡ ਜੀ ਝੰਡ ਵੀਰ ਹੋਣਾਂ ਦਾ, ਤੇ ਨਾਲ ਦੀ ਨਾਲ ਗੋਬਿੰਦ ਢਾਲੀਵਾਲ ਵੀਰ ਹੋਣਾਂ ਦਾ, ਸਾਰਿਆਂ ਵੀਰਾਂ ਦਾ ਸਤਿਕਾਰ ਹੈ, ਕਿਉਂਕਿ ਸੱਚ ਦੀ ਗੱਲ ਕਰਨਾ ਨਾ ਮਰਦਾਂ ਦੇ ਹਿੱਸੇ ਆਇਆ ਕਰਦਾ, ਸੱਚ ਦੀ ਗੱਲ ਕਰਨਾ, ਹੱਕ ਦੀ ਗੱਲ ਕਰਨਾ ਮਰਦਾਂ ਦੇ ਹਿੱਸੇ ਆਇਆ ਕਰਦਾ।
ਹੋਰ ਵੀ ਵੀਰਾਂ ਨੂੰ ਬੇਨਤੀ ਹੈ, ਤੁਸੀਂ ਸਾਰੀਆਂ ਮੇਰੀਆਂ ਭੈਣਾਂ ਹੋ, ਸਾਰੇ ਮੇਰੇ ਵੀਰ ਹੋ। ਖਤਮ ਨਹੀਂ ਹੋ ਜਾਣਾ ਜੇ ਇੱਕ ਸ਼ੋਅ ਨਹੀਂ ਦੇਖਿਆ, ਆਪਾਂ ਮਰ ਨਹੀਂ ਚੱਲੇ ਜੇ ਇੱਕ ਸ਼ੋਅ ਮਾਰ ਦਿਆਂਗੇ। ਪਰ ਗੁਰਮੁਖ ਪਿਆਰਿਓ ਯਾਦ ਰੱਖਿਓ, ਇਤਿਹਾਸ ਯਾਦ ਰਹਿੰਦਾ, ਇਤਿਹਾਸ ਬਣਦਾ, ਇਤਿਹਾਸ ਬੰਨ ਵਿੱਚ ਵੀ ਬਣਿਆ ਸੀ, ਇਤਿਹਾਸ ਪਿਛਲੇ ਸਮਿਆਂ 'ਚ ਵੀ ਬਣਿਆ ਸੀ, ਇਤਿਹਾਸ ਤਾਂ ਹਰ ਰੋਜ਼ ਬਣਦਾ। ਆਉਣ ਵਾਲੇ ਸਮੇਂ ਤੁਹਾਨੂੰ ਯਾਦ ਰੱਖਣਗੇ ਕਿ ਤੁਸੀਂ ਲੈਣ ਦੇ ਪਰਲੇ ਪਾਸੇ ਸੀ ਕਿ ਲੈਣ ਦੇ ਤਰਲੇ ਪਾਸੇ ਸੀ। ਆਓ ਅਗਲੀਆਂ ਵਿਚਾਰਾਂ ਵੀਰ ਕੋ ਸਰਪਣ ਕਰਦੇ ਹਾਂ। ਪੰਜਾਬੀ ਬੋਲੀ ਜਿੰਦਾਬਾਦ। ਮੈਂ ਬੇਨਤੀ ਕਰਨੀ ਆ, ਜਿਹੜੀਆਂ ਨਿਮੋ ਜੀ ਤੇ ਘੁੰਮਦਾ ਨਾ, ਇਹ ਤੁਹਾਡੇ ਪੈਸਿਆਂ ਤੇ ਘੁੰਮਦਾ, ਇਹ ਨਿਮੋ ਜੀ ਦੇ ਬੱਚੇ ਦੀ ਕਾਪ ਨਹੀਂ ਸੀ ਆਉਂਦੀ, ਉਹ ਤੁਸੀਂ ਚੜਾਤਾ ਇਹਨੂੰ। ਅਸੀਂ ਕੈਨੇਡਾ ਦੀ ਉਸ ਧਰਤੀ ਤੇ ਰਹਿੰਦੇ ਹਾਂ ਜਿਹੜੇ ਚਾਰ ਦੇ ਵੀ ਸਮਾਨ ਦੇ ਵਿੱਚ ਤੇ ਨੌ ਦੇ ਵੀ ਧਰਤੀ ਦੇ ਆ। ਹੁਣ ਮੈਂ ਬੇਨਤੀ ਕਰਾਂਗਾ ਡਬਲ ਪ੍ਰਾਈਸ ਕਰਦੀ ਆ, ਡਬਲ ਪ੍ਰਾਈਸ। ਜੇ 50 ਦੀ ਲਈ ਆ 100 ਮੋੜਾਂਗੇ, 150 ਲਈ ਆ 300 ਮੋੜਾਂਗੇ, ਨਾਲੇ ਇੱਥੇ ਖੜ ਕੇ ਮੋੜਾਂਗੇ। ਇਹ ਨਹੀਂ ਭਜਦੇ ਨਹੀਂ, ਅਸੀਂ ਜਿਹੜੀ ਜਵਾਨ ਕੀਤੀ ਆ ਇਸ ਸਬੰਧ ਨੂੰ ਅਸੀਂ ਸੱਕ ਦੇਣਾ ਚਾਹੁੰਦੇ ਹਾਂ, ਤੇ ਨਾਲ ਅਸੀਂ ਉਹਨਾਂ ਸਪੋਂਸਰਾਂ ਦੱਸਣਾ ਚਾਹੁੰਦੇ ਹਾਂ। ਇਹਦਾ ਸ਼ੋਅ ਸਪੋਂਸਰ ਕਰਨ ਤੋਂ ਪਹਿਲਾਂ 100 ਵਾਰੀ ਸੋਚੋ, 100 ਵਾਰੀ ਤੁਸੀਂ ਇਸ ਉਸ ਬੰਦੇ ਨੂੰ ਸਪੋਂਸਰ ਕਰ ਜਿਸ ਬੰਦੇ ਨੇ ਤੁਹਾਡੀ ਮਾਂ ਨੂੰ ਮਾਸੀ ਆਖਿਆ ਤੇ ਮਾਸੀ ਨੂੰ ਮਾਂ ਆਖਿਆ। ਇਹ ਚਾਹੁੰਦਾ ਆ ਮੈਂ ਪੰਜਾਬੀਆਂ ਨੂੰ ਗਾਲਾਂ ਕੱਢ ਕੇ ਕੋਈ ਭਾਰਤ ਭੂਸ਼ਣ ਲੈ ਲਵਾਂ ਜਾ ਕੇ ਮੋਦੀ ਦੇ ਕੋਲ, ਪਰ ਇਹ ਨਹੀਂ ਪਤਾ ਪੰਜਾਬ ਦੇ ਵਿੱਚ ਵੀ ਤੇਰਾ ਵਿਰੋਧ ਹੋਊਗਾ। ਸਰੀ ਤੋਂ ਵਿਰੋਧ ਹੋਇਆ ਸ਼ੁਰੂ, ਦੁਨੀਆਂ ਦੇ ਵਿੱਚ ਸ਼ੁਰੂ ਹੁੰਦਾ, ਇਹ ਹਿਸਟਰੀ ਆ ਸਰੀ ਦੀ, ਇਹ ਸਪੈਨਕੋ ਦੀ ਹਿਸਟਰੀ ਆ। ਇੱਥੋਂ ਦਾ ਨਕਾਰਿਆ ਹੋਇਆ ਬੰਦਾ ਮੁੜ ਕੇ ਕਦੀ ਪੈਰਾਂ ਤੇ ਨਹੀਂ ਆਇਆ। ਇਹ ਚਾੜਦੇ ਵੀ ਆ ਤੇ ਭੇਜਦੇ ਵੀ ਗਧੇ ਦੇ ਹੁੰਦੇ ਆ। ਤੈਨੂੰ ਜੇ ਗਧੇ ਦੇ ਨਾ ਭੇਜਿਆ ਤਾਂ ਸਾਨੂੰ ਵੀ ਯਾਦ ਨਾ ਰੱਖੀ। ਸੋ ਮੈਂ ਹੁਣ ਓਪਨ ਕਹਿਣਾ ਚਾਹੁੰਦਾ, ਓਪਨ ਟਾਈਮ ਬਹੁਤ ਹੋ ਗਿਆ, ਕਿਸੇ ਬੰਦੇ ਨੇ ਨਾ ਕਹਿਣਾ ਇਹਨਾਂ ਕੋਲ ਸਟੇਜ ਆ, ਕੋਈ ਵੀ ਵਿਚਾਰ ਰੱਖਣਾ ਹੋਵੇ, ਕੋਈ ਵੀ ਵਿਚਾਰ ਪਰ ਹੋਵੇ ਇਹਦੇ ਬੋਰਡ ਦੇ ਅਗੇਂਸਟ, ਤਾਂ ਕਰਕੇ ਅਸੀਂ ਉਹਨੂੰ ਟਾਈਮ ਦਿੱਤਾ ਜਾਊਗਾ। ਸੋ ਮੈਂ ਬੇਨਤੀ ਕਰਾਂਗਾ, ਗੋਲਡੀ ਸਾਹਿਬ ਮੇਰੇ ਕੋਲ ਫੇਰ ਪਹੁੰਚ ਚੁੱਕੇ ਆ, ਦੋ ਤਿੰਨ ਬੁਲਾਰੇ ਸਾਡੇ ਕੋਲ ਹੈ, ਜੇ ਕਿਸੇ ਨੇ ਹੋਰ ਵੀ ਬੋਲਣਾ ਆ ਤਾਂ ਟਾਈਮ ਲੈ ਸਕਦਾ ਆ। ਸੁੱਕੀ ਸੰਧੂ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦਾ ਝੰਡ ਸਾਹਿਬ ਦਾ, ਜਿਹੜੇ ਮੀਡੀਆ ਦੇ ਦੇਖੋ ਜਿਹੜੇ ਲੋਕਾਂ ਦੀ ਜ਼ਮੀਰ ਜਾਗਦੀ ਆ। ਬਲਦੀਪ ਸਿੰਘ ਝੰਡ ਉਹ ਕਹਿੰਦਾ ਅਸੀਂ ਪੰਜਾਬੀ ਮੀਡੀਆ ਦੇ ਲੋਕੀ ਸਾਡੀ ਆ, ਮੈਂ ਨਾਮਕਾਰਾਂ ਨੂੰ ਨਹੀਂ ਕਹਿੰਦਾ, ਸੋਚਿਆ ਕੋਰਟਸ ਦੇ ਵਿੱਚ ਉਹ ਬੋਲਿਆ ਇੱਥੇ। ਹੁਣ ਮੈਂ ਗੋਲਡ ਸਾਹਿਬ ਨੂੰ ਬੇਨਤੀ ਕਰਾਂਗਾ, ਪਿਓਰ ਗੋਲਡੀ, ਥੈਂਕ ਯੂ ਸੋ ਮਚ। ਹਾਂਜੀ ਦੋਸਤੋ, ਮੈਨੂੰ ਲੱਗਦਾ ਵੀ ਗੁਰਨਾਮ ਮਾਨ ਨੇ ਸਾਰੀ ਮੁਸਲਮਾਨੀ ਬੋਲੀ ਦਾ ਇੰਨਾ ਪ੍ਰਚਾਰ ਕੀਤਾ ਹੋਣਾ ਜਿਹੜਾ ਅੱਜ ਅਸੀਂ ਸਟ੍ਰੀਮ ਆਪਣੀ ਅਕਾਲ ਦਿਖਾ ਰਹੇ ਹਾਂ। ਪਲੀਜ਼ ਗੋ ਔਨ ਟੂ ਦ ਸਾਈਡਵਾਕ, ਥੈਂਕ ਯੂ। ਬੋਲੀ ਨੂੰ ਕਿਸੇ ਵੱਡੇ ਵੱਡੇ ਕਲਾਕਾਰਾਂ ਜਾਂ ਵਿਦਵਾਨਾਂ ਦੀ ਲੋੜ ਨਹੀਂ ਹੁੰਦੀ ਪ੍ਰਚਾਰ ਦੇ ਲਈ, ਬੋਲੀ ਨੂੰ ਪਿਆਰ ਕਰਨ ਵਾਲੇ ਆਪਣੇ ਆਪ ਮੂਹਰੇ ਆ ਜਾਂਦੇ ਹੁੰਦੇ ਆ। ਇਹਨੇ ਜਿਹੜਾ ਠਗਦਗਾ ਚਲਾਇਆ ਹੈਗਾ ਨਾ 2 ਸਾਲੀ ਡਾਲਰ ਇਕੱਠੇ ਕਰਨ ਦਾ ਸਾਰੀ ਦੁਨੀਆ ਦੇ ਵਿੱਚ, ਇਹਨੂੰ ਇਹ ਦੁਨੀਆ ਘੁੰਮ ਕੇ ਡਾਲਰ ਦਾ ਦੱਸਦਾ, ਪਰ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਵੰਨ ਸੁਵੰਨਤਾ ਕੀ ਹੁੰਦੀ, ਵੱਖਰੇ ਵੱਖਰੇ ਰੰਗ ਕੀ ਹੁੰਦੇ ਆ। ਦੁਨੀਆ ਦੇ ਵਿੱਚ ਜਿੱਥੇ ਵੀ ਜਾਂਦਾ ਉੱਥੇ ਹਿੰਦੀ 'ਚ ਜਾਂ ਹੋਰ ਕਿਸੇ ਬੋਲੀ 'ਚ ਨਹੀਂ ਗੱਲ ਕਰਦਾ, ਜਿੱਥੇ ਦਿਲ 'ਚ ਜਾਣਾ ਇਹਨੂੰ ਹਰ ਬੰਦੇ ਨੂੰ ਗੱਲ ਕਰਨ ਵਾਲੇ ਬੰਦੇ ਮਿਲ ਜਾਂਦੇ ਆ। ਹੁਣ ਜਿਹੜਾ ਸ਼ੋਅ ਹੋਣਾ ਹੈਗਾ ਉਹ ਤਾਂ ਇੱਥੇ ਹੋ ਚੁੱਕਾ ਆ, ਅੰਦਰ ਤਾਂ ਸਿਰ ਉਹ ਤੁਹਾਨੂੰ ਹੁਣ ਲੱਤਾਂ ਕੰਮ ਦੀਆਂ ਦੱਸਣੀਆਂ, ਤੁਹਾਡਾ ਵੀ ਦਿਲ ਅੰਦਰ ਜਾਣ ਨੂੰ ਨਹੀਂ ਕਰਦਾ, ਕਿਉਂਕਿ ਇਹ ਤੋਂ ਵਧੀਆ ਸ਼ੋਅ ਤੁਸੀਂ ਅੰਦਰ ਵੀ ਨਹੀਂ ਦੇਖਣਾ, ਇਹ ਤੁਹਾਨੂੰ ਵੀ ਪਤਾ ਆ। ਉਹਨੂੰ ਪੁੱਛੋ ਸਟੇਜ ਦੇ ਚੜ੍ਹਨ ਲੱਗੇ ਨੂੰ ਲੱਤਾਂ ਕਿੱਦਾਂ ਕੰਬਣੀਆਂ ਆ, ਜੇ 2 ਘੰਟੇ ਵੀ ਤੁਹਾਡੇ ਨੇ ਲਾਜ਼ਮੇ ਬਹੁਤ ਆ। ਤੁਹਾਡਾ ਜੋ ਇੱਥੇ ਇੰਟਰਟੇਨਮੈਂਟ ਪੰਜਾਬੀ ਬੋਲੀ ਨੇ ਕੀਤਾ, ਇਹ ਗਰਦਾਸਮਾਨ ਨਹੀਂ ਕਰ ਸਕਦਾ। ਇਹ ਇੰਟਰਟੇਨਮੈਂਟ ਦਿਲਾਂ ਦੇ ਵਿੱਚੋਂ ਦਰਦ ਵਿੱਚੋਂ ਨਿਕਲਿਆ ਆ, ਇਹਦੇ ਵਾਂਗੂ ਡਾਲਰ ਇਕੱਠੇ ਕਰਨ ਲਈ ਵੀ ਨਿਕਲਿਆ। ਸਾਰੇ ਬੰਦੇ ਇਹ ਕਹਿੰਦਾ ਗਾ ਇਹ ਬਿਲਰ ਬੈਠੇ ਆ, ਇਹਨੂੰ ਸੋਸ਼ਲ ਮੀਡੀਆ ਤੇ ਬਿਲਰ ਲੋਕ ਹੀ ਦੇਖਦੇ ਆ। ਅਸੀਂ ਗੀਤ ਸੁਣਦੇ ਹਾਂ, ਹਰ ਇੱਕ ਸਿੰਗਰ ਦੇ ਸੁਣਦੇ ਹਾਂ, ਪੰਜਾਬੀ ਬੋਲੀ ਕਰਕੇ ਸੁਣਦੇ ਹਾਂ, ਕਿਸੇ ਸਿੰਗਰ ਦੀ ਆਪਣੀ ਕੋਈ ਐਡੀ ਔਕਾਤ ਨਹੀਂ ਹੈਗੀ ਜਿਹੜਾ ਪੰਜਾਬੀ ਬੋਲੀ ਤੋਂ ਵੱਡਾ ਹੋ ਜਾਵੇ। ਇਹਨਾਂ ਲੋਕਾਂ ਨੂੰ ਲੱਗਦਾ ਹੈਗਾ ਇਹ ਲਿਵਿੰਗ ਲੈਜੈਂਡ ਬਣ ਗਏ ਆ,
ਪਤਾ ਨਹੀਂ ਇਹਨਾਂ ਨੂੰ ਸਾਰੀ ਉਮਰ ਉਹ ਜਿਹੜੇ ਲੈਜੈਂਡ ਆ ਉਹ ਗੁਰੂ ਨਾਨਕ ਸਾਹਿਬ ਬਾਬਾ ਫਰੀਦ ਵਰਗਾ ਨਹੀਂ ਆ ਜਿਨ੍ਹਾਂ ਨੇ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਰਹਿਣੇ ਆ ਇਹ ਤਾਂ ਆਪਣੇ ਜੀਉਂਦੇ ਜੀ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਆ ਜਿਹੜੇ ਅਸਲੀ ਹੁੰਦੇ ਆ ਉਹ ਕਹਿਣੀ ਤੇ ਕਰਨੀ ਵਾਲੇ ਹੁੰਦੇ ਆ ਇਹ ਕੋਈ ਬੜਾ ਫਰਕ ਨਹੀਂ ਪੈਣਾ ਤੁਸੀਂ ਅੱਧਾ ਘੰਟਾ ਅੰਦਰ ਦੇਖ ਲਓਗੇ ਉਹਨਾਂ ਕੋਲ ਸਾਨੂੰ ਕੋਈ ਫਰਕ ਨਹੀਂ ਪੈਣਾ ਇੱਕ ਮਾਨਸਿਕਤਾ ਹੁੰਦੀ ਆ ਬਹੁਤ ਬੰਦੇ ਹੁੰਦੇ ਦੁਨੀਆਂ ਦੇ ਵਿੱਚ ਭੀੜਾਂ ਬਹੁਤ ਬੰਦਿਆਂ ਦੀਆਂ ਹੁੰਦੀਆਂ ਕੋਈ ਕਿਸੇ ਪਾਸੇ ਵੱਧ ਹੋ ਸਕਦੀਆਂ ਕਿਸੇ ਪਾਸੇ ਘੱਟ ਹੋ ਸਕਦੀਆਂ ਗੁਰੂ ਸਾਹਿਬ ਨੇ ਜਦੋਂ 1.25 ਲੱਖ ਦੇ ਨਾਲ ਇੱਕ ਇੱਕ ਖੜਾ ਕੀਤਾ ਗਾ ਉਦੋਂ ਭੀੜਾਂ ਦੇਖ ਕੇ ਨਹੀਂ ਗਾ ਵੀ ਭੀੜ ਕਿੱਧਰ ਆ ਲੋਕਤੰਤਰ ਇਹ ਨਹੀਂ ਹੁੰਦਾ ਲੋਕਤੰਤਰ ਇਹ ਹੁੰਦਾ ਦੂਜੇ ਦਾ ਸਤਿਕਾਰ ਕਰਨਾ ਸਾਡੇ ਲਈ ਅਸੀਂ ਸਤਿਕਾਰ ਲੈ ਖੜੇ ਹਾਂ ਜਿਹੜਾ ਵੀ ਤੁਹਾਡੇ ਵਿੱਚੋਂ ਆਇਆ ਉਹਨਾਂ ਦਾ ਸਤਿਕਾਰ ਕੀਤਾ ਜਿਹੜਾ ਨਹੀਂ ਵੀ ਆਉਂਦਾ ਸਾਨੂੰ ਉਹਦੇ ਨਾਲ ਵੀ ਕੋਈ ਗਲਾ ਸ਼ਿਕਵਾ ਨਹੀਂ ਉਹਦੀ ਆਪਣੀ ਇੱਕ ਮਾਨਸਿਕਤਾ ਹੋ ਸਕਦੀ ਆ ਉਹ ਆਪਣੇ ਤਰੀਕੇ ਬੋਲੀ ਨੂੰ ਸਮਝਦਾ ਹੋਊਗਾ ਕਿਸ ਤਰ੍ਹਾਂ ਆਊਗੀ ਪਰ ਖਿਆਲ ਕਰਿਓ ਜਿਹੜੀ ਬੋਲੀ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਉਹੀ ਤੁਹਾਡੀ ਆਪਣੀ ਬੋਲੀ ਹੁੰਦੀ ਆ ਆਪਣੀ ਬੋਲੀ ਦੇ ਵਿੱਚ ਹਰ ਇੱਕ ਨੂੰ ਮਾਣ ਹੁੰਦਾ ਗੱਲ ਕਰਨ ਦਾ ਪਰ ਇਹਨਾਂ ਲੋਕਾਂ ਨੇ ਕਿੰਨਾ ਸਮਾਂ ਪੰਜਾਬੀ ਬੋਲੀ ਦੇ ਇੱਕ ਹੋਰ ਗੱਲ ਤੁਸੀਂ ਦੇਖੋ ਇੱਕ ਗੱਲ ਆਪਾਂ ਨੂੰ ਨਵੀਂ ਲੱਗਦੀ ਆ 90 ਮਿਆਂ ਤੋਂ ਬਾਅਦ ਜਦੋਂ ਕਹਿੰਦੇ ਹਿੰਦੀ ਕੈਸਟ ਕੱਢੀ ਸੀਗੀ ਉਹਨਾਂ ਦਾ ਇੱਕ ਰਿਵਾਜ਼ ਵੀ ਹੁੰਦਾ ਸਾਰਿਆਂ ਨੇ ਦੇਖਿਆ ਹਰ ਇੱਕ ਨੂੰ ਹੁੰਦਾ ਗਾ ਇੱਕ ਹਿੰਦੀ ਗਾਣਾ ਵੀ ਕੱਢਣਾ ਆ ਉਹ ਕਿਤੇ ਉੱਤਾਂ ਨਹੀਂ ਹੁੰਦਾ ਹੈਗਾ ਉਹਦੇ ਮਗਰ ਪੂਰੀ ਪਲੈਨਿੰਗ ਹੁੰਦੀ ਹੈਗੀ KPS ਗਿੱਲ ਨੇ ਨੱਚਦੀ ਜਵਾਨੀ ਆਪਣਾ ਬਣਾਇਆ ਹੁੰਦਾ ਹੈਗਾ ਇੱਕ ਆਰਕੈਸਟਰਾ ਜਿਹਾ ਪੁਲਿਸ ਇੱਥੇ ਸਾਡੇ ਸਾਹਮਣੇ ਵੀ ਖੜੀ ਆ ਇਹਨਾਂ ਦਾ ਕੰਮ ਹੈਗਾ ਕਾਨੂੰਨ ਨੂੰ ਲਾਗੂ ਕਰਨਾ ਅਖਾੜੇ ਲਾਉਣਾ ਨਹੀਂ ਹੈਗਾ KPS ਗਿੱਲ ਅਖਾੜੇ ਲਾਉਂਦਾ ਹੁੰਦਾ ਹੈਗਾ ਦਿੱਲੀ ਦਰਬਾਰ ਦੇ ਵਿੱਚ ਇਹਨਾਂ ਸਾਰਿਆਂ ਨੂੰ ਲਿਜਾ ਕੇ ਸਾਰੇ ਸਿੰਗਰਾਂ ਦਾ ਪਤਾ ਉਹ ਸਾਰੇ ਸੱਭਿਆਚਾਰਕ ਦੇ ਨਾਂ ਤੇ ਕਹਿੰਦਾ ਕਿ ਮੈਂ ਪ੍ਰਬੰਧ ਕਰੂੰਗਾ ਸਾਰੇ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਵਿੱਚੋਂ ਬਹੁਤ ਸਾਰੇ ਸਿੰਗਰਾਂ ਨੇ ਮਾਫੀ ਮੰਗੀ ਆ ਆਏ ਆ ਤੇ ਮੈਂ ਖਾਸ ਕਰਕੇ ਬੜੀ ਨਿਰਾਸ਼ਾ ਹੋਈ ਅੱਜ ਪੰਜਾਬੀ ਦੇ ਜਿਹੜੇ ਨਵੇਂ ਸਿੰਗਰ ਆ ਉਹਨਾਂ ਤੋਂ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਹਾਂ ਮਾਂ ਬੋਲੀ ਵਿੱਚ ਹਾਂ ਦਾ ਨਾਰਾ ਮਾਰਨਾ ਚਾਹੀਦਾ ਸੀਗਾ ਉਹ ਮਾਰ ਨਹੀਂ ਸਕੇ ਸਾਊਥ ਦੇ ਵਿੱਚ ਦੇਖੋ ਕਮਲ ਹਸਨ ਵਰਗਿਆਂ ਨੂੰ ਸਾਡੇ ਕਿੱਥੇ ਗਏ ਥੋੜੇ ਦਿਨ ਪਹਿਲਾਂ ਦਲਜੀਤ ਨੇ ਕੀ ਫਰੰਟ ਕੀਤਾ ਹੈਗਾ ਜਦੋਂ ਦੀ ਬਾਂਹ ਮਰੋੜੀ ਗਈ ਰਾਸ਼ਟਰਵਾਦੀਆਂ ਨੇ ਸਾਡੇ ਕਿੱਥੇ ਗਏ ਵੱਡੇ ਵੱਡੇ ਇਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਤੁਸੀਂ ਫੈਨ ਬਣੇ ਹੋ ਆ ਵੀ ਪੁੱਛੋ ਪੰਜਾਬੀ ਬੋਲੀ ਦਾ ਖਾਨੇ ਆ ਅੱਜ ਜਿੰਨੇ ਸਾਡੇ ਇੱਧਰ ਦੇ ਬੱਚੇ ਵੀ ਆ ਉਹ ਇਹਨਾਂ ਨੂੰ ਤਾਂ ਸੁਣਦੇ ਕਿਉਂਕਿ ਪੰਜਾਬੀ 'ਚ ਗਾਉਂਦੇ ਆ ਕਿਸੇ ਪੰਜਾਬੀ ਬੋਲੀ ਦਾ ਇੰਨੀ ਅਮੀਰ ਬੋਲੀ ਆ ਜਿਹੜੇ ਮਰਜ਼ੀ ਇਹਦੇ ਵਿੱਚ ਸ਼ਬਦ ਆ ਜਾਣ ਇਹ ਉਹਨਾਂ ਨੂੰ ਬੜੇ ਆਰਾਮ ਨਾਲ ਆਪਣੇ ਬਣਾ ਲੈਂਦੀ ਆ ਬੜਾ ਸਤਿਕਾਰ ਦਿੰਦੀ ਆ ਬਹੁਤ ਘੱਟ ਬੋਲੀਆਂ ਇੱਦਾਂ ਦੀਆਂ ਹੁੰਦੀਆਂ ਅਤੇ ਸ਼ਪੈਚ ਨਹੀਂ ਸਾਡਾ ਇਹ ਫਰਜ਼ ਬਣਦਾ ਇਕੱਲਾ ਇਹ ਗੁਰਦਾਸ ਮਾਨ ਵਰਗਾ ਨਹੀਂ ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਇਹ ਅਪੀਲ ਕਰੋ ਉਹਨਾਂ ਨੂੰ ਇਹ ਦੱਸੋ ਵੀ ਤੁਸੀਂ ਪੰਜਾਬੀ ਬੋਲੀ ਦੇ ਬਾਰੇ ਕੀ ਕਹਿੰਦੇ ਆ ਤੁਸੀਂ ਦੱਸੋ ਪੰਜਾਬੀ ਬੋਲੀ ਦੇ ਬਾਰੇ ਤੁਹਾਡਾ ਕੀ ਕਹਿਣਾ ਆ ਕਿਉਂਕਿ ਜੇ ਅਸੀਂ ਉਹਨਾਂ ਨੂੰ ਨਹੀਂ ਸਵਾਲ ਕਰਾਂਗੇ ਫਿਰ ਕਿਸੇ ਨੇ ਨਹੀਂ ਬੋਲਣਾ ਇਹ ਆਪਾਂ ਨੂੰ ਇੱਦਾਂ ਲੱਗਦਾ ਸੀਗਾ ਨਾ ਵੀ ਜਦੋਂ ਥੋੜ੍ਹੇ ਸਾਲ ਪਹਿਲਾਂ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਰਾਜਨੀਤਿਕਾਂ ਦਾ ਵਿਰੋਧ ਹੋਣਾ ਪਿਆ ਫਿਰ ਹੌਲੀ ਹੌਲੀ ਇਹ ਹੋਣਾ ਹੀ ਸੀਗਾ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਦਿੱਲੀ ਦਰਬਾਰ ਨੂੰ ਤਾਂ ਮਾੜਾ ਕਹਿੰਦੇ ਹਾਂ ਅਸਲ ਦੇ ਵਿੱਚ ਪੰਜਾਬ ਦੇ ਜਿਹੜਾ ਧੋਖਾ ਕੀਤਾ ਪੰਜਾਬ ਦੇ ਨਾਲ ਉਹ ਸਾਡੇ ਇਹ ਅਖੌਤੀ ਜਿਹੜੇ ਸਾਡੇ ਵਿਦਵਾਨ ਆ ਪੰਜਾਬ 'ਚ ਵੱਡੀ ਜਿਹੜੀ ਬਹੁਤ ਕੰਗਾਲੀ ਬੁੱਧੀਜੀਵੀਆਂ ਨੇ ਸਾਡੇ ਨਾਲ ਧੋਖਾ ਕੀਤਾ ਉਹ ਕਲਾਕਾਰਾਂ ਨੇ ਧੋਖਾ ਕੀਤਾ ਸਾਡੀ ਬੋਲੀ ਦਾ ਖਾ ਕੇ ਸਾਡੀ ਬੋਲੀ ਦੇ ਵਿਰੁੱਧ ਭੁਗਤੇ ਆ ਸਾਡੇ ਸੱਭਿਆਚਾਰ ਵਿਰੁੱਧ ਸਾਡੀ ਸੱਭਿਅਤਾ ਵਿਰੁੱਧ ਕਈ ਲੋਕਾਂ ਨੂੰ ਇਹ ਵੀ ਲੱਗਦਾ ਆ ਵੀ ਇਹ ਬੋਲੀ ਕੇਵਲ ਸਿੱਖਾਂ ਦੀ ਆ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਉਹ ਸਰਬੱਤ ਦੇ ਭਲੇ ਆ ਸਾਰੇ ਦੁਨੀਆਂ ਦੇ ਲਈ ਆ ਉਹ ਸਾਰੇ ਉਹਦਾ ਸਤਿਕਾਰ ਕਰਦੇ ਆ ਦੁਨੀਆਂ ਭਰ ਦੀਆਂ ਜਿੰਨੀਆਂ ਵੀ ਬੋਲੀਆਂ ਗੁਰੂ ਸਾਹਿਬ ਜਿੱਤੇ ਗਏ ਉਹਨਾਂ ਸਾਰੀਆਂ ਨੂੰ ਬਰਾਬਰ ਦਾ ਮਾਣ ਬਖਸ਼ਿਆ ਉਹ ਗੁਰਮੁਖੀ ਲਿਪੀ ਵਿੱਚ ਵਰਤਿਆ ਦਿੱਤਾ ਅਨੁਮਾਨ ਉਦੋਂ ਵੀ ਸੀਗੀ ਸੰਸਕ੍ਰਿਤ ਦੇਵਨਾਗਰੀ ਜਾਂ ਹੋਰ ਲਿਪੀਆਂ ਕਿਉਂ ਨਹੀਂ ਦਿੱਤਾ ਉਹਦਾ ਕਾਰਨ ਇਹ ਸੀਗਾ ਉਦੋਂ ਸੰਸਕ੍ਰਿਤ ਦੀ ਜਿਹੜੀ ਬੋਲੀ ਸੀਗੀ ਉਹ ਬ੍ਰਾਹਮਣ ਦੀ ਮਨੁਵਾਦੀ ਬੋਲੀ ਸੀ ਉਹਦੇ ਵਿੱਚ ਜੇ ਗੁਰੂ ਸਾਹਿਬ ਨੇ ਦਿੱਤਾ ਹੁੰਦਾ ਬ੍ਰਾਹਮਣ ਨੇ ਅੱਜ ਉੱਤੇ ਕਬਜ਼ਾ ਕੀਤਾ ਹੋਣਾ ਸੀਗਾ ਇਹ ਸਾਨੂੰ ਗੱਲ ਚੇਤੇ ਰੱਖਣੀ ਚਾਹੀਦੀ ਉਸ ਬੋਲੀ ਦੇ ਵਿੱਚ ਕਿਸੇ ਨੂੰ ਵੀ ਮਾਣ ਨਹੀਂ ਦਿੱਤਾ ਗਿਆ ਉਹ ਬੋਲੀ ਕੋਈ ਪੜ੍ਹ ਨਹੀਂ ਸਕਦਾ ਸੀਗਾ ਕਈਆਂ ਨੂੰ ਇਹ ਵਿਆਹ ਰਹਿੰਦਾ ਵੀ ਸੰਸਕ੍ਰਿਤੀ ਵਿੱਚੋਂ ਪੰਜਾਬੀ ਨਿਕਲੀ ਆ ਮਿੱਤਰੋ ਸੰਸਕ੍ਰਿਤੀ ਕਦੇ ਵੀ ਲੋਕ ਬੋਲੀ ਨਹੀਂ ਸੀਗੀ ਉਹ ਸਿਰਫ ਇੱਕ ਉਹਨਾਂ ਲੋਕਾਂ ਨੇ ਗ੍ਰੰਥਾਂ ਤੱਕ ਸੀਮਿਤ ਕੀਤੀ ਸੀ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ ਆਮ ਲੋਕ ਪੜ੍ਹ ਵੀ ਨਹੀਂ ਸਕਦੇ ਸੀਗੇ ਉਸ ਬੋਲੀ ਨੂੰ ਉਹਨਾਂ ਦੇ ਪੜ੍ਹਨ ਤੇ ਵੀ ਬੈਨ ਸੀਗਾ ਗੁਰੂ ਸਾਹਿਬ ਨੇ ਬੜੇ ਬਹੁਤ ਦੂਰ ਦ੍ਰਿਸ਼ਟੀ ਰੱਖ ਲਓ ਜਦੋਂ ਰੂਹਾਨੀਅਤ ਦੇ ਉਹ ਤਾਂ ਪਹੁੰਚੋ ਪੈਗੰਬਰ ਸੀਗੇ ਉਹਨਾਂ ਨੂੰ ਪਤਾ ਸੀਗਾ ਵੀ ਲੋਕ ਭੜਕ ਨੂੰ ਬੋਲੀ ਰਾਹੀਂ ਵੀ ਸਾਡੇ ਤੇ ਕਬਜ਼ਾ ਕਰ ਸਕਦੇ ਸਾਡੇ ਵਿਚਾਰਾਂ ਤੇ ਸਰਬੱਤ ਦੇ ਭਲੇ ਤੇ ਇਸ ਕਰਕੇ ਉਹਨਾਂ ਨੇ ਪੰਜਾਬੀ ਦੀ ਉਸ ਬੋਲੀ ਨੂੰ
उस धरती की अपनी बोली माण बख्शा सब नूं बराबर का सत्कार दिता। असीं सारियां दूजियां सभ्यतावां दूजियां बोलियां का सत्कार करते हैं। कहण तों भावे आ कि बोली नूं प्यार जरूर करो, पर उस बोली दे खाण वालियां नूं जरूर पुछो कि तुसीं इह बोली बारे की विचार रखते हैं। मैनूं ना लैण च कोई हर्ज नहीं। सुरजीत पात्र, हरभजन गिल, बरियाम संधु, इन्हां दे मूंह क्यों बंद हो जाते हैं? इत्थे साडे सिरी दे विच चलदा ਉਹ ਮੋਟਰ ਸੁੱਕੀ ਵਾਟ ਹੁਣੀ ਕਰਾਉਂਦੇ ਆ ਮੇਲਾ, ਉਹਨਾਂ ਨੂੰ ਕਿਉਂ ਨੀ ਕਦੇ ਪੁੱਛਿਆ, ਕਦੇ ਕਿਸੇ ਨੇ ਸਵਾਲ ਕੀਤਾ? ਕੋਈ ਨੀ। ਮੈਂ ਕੱਲ ਫੋਨ ਕੀਤਾ ਸੀ ਉਹਨਾਂ ਨੂੰ, ਹੈਗਾ ਅਸੀਂ ਪਲੈਨ ਕਰ ਚੁੱਕੇ ਹਾਂ। ਮੈਂ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਪ੍ਰੋਗਰਾਮ ਕਰਦੇ ਆ। ਪਰਸੋਂ ਮੈਂ ਦੇਖਿਆ ਪ੍ਰੋਗਰਾਮ ਵਿੱਚ ਖਾਲਸਾ ਲਾਇਬ੍ਰੇਰੀ ਚ ਵੀ ਹੋਣਾ, ਗੁਰੂ ਨਾਨਕ ਸਾਹਿਬ ਦੇ ਬਰਿਆਮ ਸੰਧੂ ਦੇ ਹਰਜਿੰਦਰ ਵਾਲੀਆ ਨੇ ਕਰਨਾ। ਮੈਂ ਉਹਨੂੰ ਪੁੱਛਿਆ ਵੀ ਕਮੈਂਟ ਕਰਕੇ ਉੱਤੇ ਕੋਮਲ ਲਿਪੀ ਚ ਲਿਖਿਆ ਸੀਗਾ, ਮੈਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਤੁਸੀਂ ਗੁਰਮੁਖੀ ਲਿਪੀ ਨੂੰ ਤੱਕ ਨਹੀਂ ਲਿਖ ਸਕਦੇ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰਨ ਦਾ ਕਿੱਦਾਂ ਦਾਵਾ ਕਰਦੇ ਆ? ਕੋਈ ਜਵਾਬ ਨਹੀਂ ਆਇਆ। ਇਹਨਾਂ ਨੂੰ ਵਾਰ ਵਾਰ ਸਵਾਲ ਕਰੀਦੇ ਆ। ਅਸੀਂ ਕੋਈ ਕਿਸੇ ਦੇ ਨਾਲ ਵੱਧ ਘੱਟ ਨਹੀਂ ਹੁੰਦੇ, ਅਸੀਂ ਦਲੀਲ ਦੇ ਨਾਲ ਗੱਲ ਕਰਦੇ ਹਾਂ ਇਹਨਾਂ ਸਾਰਿਆਂ ਨੂੰ। ਅਸਲ ਦੇ ਵਿੱਚ ਇਹ ਜਿਹੜੇ ਬੁੱਧੀਜੀਵੀ ਆ, ਜਿਹਨੇ ਇਹ ਬੇਈਮਾਨ ਆ, ਇਹਨਾਂ ਤੋਂ ਵੱਧ ਕੋਈ ਬੇਈਮਾਨ ਨਹੀਂ ਹੈਗਾ। ਇਹ ਇੱਕ ਦੂਜੇ ਨੂੰ ਸਨਮਾਨ ਦੇਈ ਜਾਂਦੇ ਰਹਿੰਦੇ ਆ। ਇਹਨਾਂ ਨੇ ਇਹ ਕੰਮ ਫੜਿਆ ਆ। ਸਾਡਾ ਮਕਸਦ ਉਹ ਲੀਡਰਾਂ ਜਾਂ ਦਿੱਲੀ ਦਰਬਾਰ ਨੂੰ ਗਾਲਾਂ ਕੱਢ ਕੇ ਜਾਂ ਉਹਨਾਂ ਨੂੰ ਮਾੜਾ ਚੰਗਾ ਕਹਿ ਕੇ ਨਹੀਂ, ਅਸਲ 'ਚ ਸਾਡੇ ਆਪਣੇ ਜਿਹੜੇ ਇਹ ਖੋਦੀ ਆ, ਕਿਸੇ ਨੇ ਪੱਗਾਂ ਬੰਨੀਆਂ ਆ ਜਾਂ ਕੋਈ ਕਿਸੇ ਤਰ੍ਹਾਂ ਵੀ ਆ, ਉਹ ਇਸ ਤਰ੍ਹਾਂ ਨਹੀਂ ਹੋਇਆ। ਉਹਦਾ ਪੰਜਾਬੀ ਕਿਰਦਾਰ ਦੇਖੋ, ਸਾਡੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਹੋ ਜਾਂਦੇ ਆ, ਸਾਨੂੰ ਕਹਿਣੀ ਤੇ ਕਰਨੀ ਵਾਲੇ ਕਿਰਦਾਰ ਪਛਾਣਨੇ ਪੈਣੇ ਆ। ਕਿਉਂਕਿ ਇਹ ਗੱਲਾਂ ਕੋਈ ਹੋਰ ਲੋਕਾਂ ਨੇ ਨਹੀਂ ਕਰਨੀਆਂ। ਕੋਈ ਵੱਡੇ ਵੱਡੇ ਬੁੱਧੀਜੀਵੀ ਕਿਸੇ ਬੋਲੀ ਦਾ ਪ੍ਰਚਾਰ ਨਹੀਂ ਕਰ ਸਕਦੇ। ਨਾ ਤਾਂ ਧਰਮ ਨੂੰ ਪ੍ਰਚਾਰ ਦੀ ਲੋੜ ਹੁੰਦੀ ਆ, ਨਾ ਬੋਲੀ ਨੂੰ। ਧਰਮ ਨੂੰ ਕਹਿਣੀ ਤੇ ਕਰਨੀ ਵਾਲੇ ਉੱਚੇ ਸੁੱਚੀ ਕਰਨ ਵਾਲੇ ਲੋਕ ਆਪਣੇ ਆਪ ਉਹਦਾ ਪ੍ਰਚਾਰ ਕਰਦੇ। ਇਸ ਤਰ੍ਹਾਂ ਬੋਲੀ ਨੂੰ ਪਿਆਰ ਕਰਨ ਵਾਲੇ ਉਹਦੀ ਮਿੱਟੀ ਵਿੱਚ ਜੰਮੇ ਉਹਦੇ ਆਪਣੇ ਆਪ ਪ੍ਰਚਾਰ ਕਰਨ ਦੇ ਦਾਵਾ ਪੇਸ਼ ਹੋ ਜਾਂਦਾ ਆ। ਮੇਰਾ ਸਿਰਫ ਬਹੁਤ ਗੱਲਾਂ ਹੋਈਆਂ, ਇਹ ਕਹਿੰਦਾ ਵੀ ਇਹ ਜਿਹੜਾ ਸਾਡਾ ਕੋਈ ਰੋਸ ਨਹੀਂ ਹੈਗਾ ਕਿਸੇ ਵਿਅਕਤੀ ਵਿਸ਼ੇ ਦੇ ਵਿਰੁੱਧ, ਪਰ ਸਾਡਾ ਇੱਕ ਬੋਲੀ ਦੇ ਸਤਿਕਾਰ, ਆਪਣੀ ਇੱਕ ਸਭਿਅਤਾ ਦੇ ਬੋਲੇ, ਪੰਜਾਬੀ ਬੋਲੀ ਜਿੰਦਾਬਾਦ, ਪੰਜਾਬੀ ਬੋਲੀ ਜਿੰਦਾਬਾਦ, ਪੰਜਾਬੀ ਬੋਲੀ ਜਿੰਦਾਬਾਦ, ਜਿੰਦਾਬਾਦ, ਪੰਜਾਬੀ ਦੇ ਜਿੰਦਾਬਾਦ। ਦੇਖੋ ਸਾਨੂੰ ਪਿੱਛੇ ਜਾਂ ਪੰਜਾਬ ਦੇ ਵਿੱਚ ਮੁਸੀਬਤ ਆਈ ਆ, ਸਰਕਾਰੀ ਹੜ੍ਹ ਆਏ ਆ, ਉਹਨਾਂ ਦੇ ਵਿੱਚ ਖਾਲਸਾ ਏਡ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਕਲਾਕਾਰ ਵੀ, ਜਿਹਦੇ ਵਿੱਚ ਨਾਮ ਮੈਨੂੰ ਲੈਣ 'ਚ ਕੋਈ ਹਰਜ ਨਹੀਂ, ਤਰਸੇਮ ਜੱਸੜ ਜਾਂ ਹੋਰ, ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨੂੰ ਪੁੱਛੋ ਤਾਂ ਗੁਰਦਾਸ ਮਾਨ ਵਰਗਿਆਂ ਨੂੰ, ਇਹਨੇ ਕਦੇ ਫੁੱਟੀ ਗੋਡੀ ਦਿੱਤੀ ਆ? ਇਹ ਲੋਕ ਸਾਡੇ ਤੋਂ ਡਾਲਰ ਦੱਬ ਕੇ ਲੈ ਜਾਂਦੇ, ਲੁੱਟ ਕੇ ਲੈ ਜਾਂਦੇ ਆ। ਇਹ ਲੋਕ ਬਾਰ ਬਾਰ ਇਹ ਚੁਟਕਲੇ ਲਿਖਦੇ ਆ ਗੁਰਦੁਆਰਾ ਸਾਹਿਬਾਨ ਦੇ ਉੱਤੇ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਫਲਾਨਾ। ਇਹਨਾਂ ਨੂੰ ਪੁੱਛੋ ਤੁਸੀਂ ਕਿਹੜੇ ਟੋਲੇ ਬਣਾਇਆ ਆ? ਤੁਸੀਂ ਲੋਕਾਂ ਨੂੰ ਠਗਾਉਂਦੇ, ਅਸਲ ਦੇ ਵਿੱਚ ਇਹ ਠੱਗ ਅਸਲੀ ਇਹ ਆ ਤੁਹਾਡੀਆਂ ਕਿਰਤ ਕਮਾਈਆਂ ਨੂੰ ਲੁੱਟਣ ਵਾਲੇ। ਇਹਨਾਂ ਨੇ ਕਦੇ ਤੁਹਾਡੇ ਹਿਸਾਬ ਨਹੀਂ ਦੇਣੇ। ਇਹ ਉਹਨਾਂ ਅਹੁਦਿਆਂ ਤੇ ਲੈ ਵੱਡੇ ਵੱਡੇ ਅਹੁਦੇ ਵੀ ਲੈਂਦੇ ਆ। ਪੰਜਾਬੀ ਬੋਲੀ ਦਾ ਜਿਹੜਾ ਵੀ ਮਾਣ ਸਤਿਕਾਰ ਕਰਨਾ ਸੀਗਾ ਉਹ ਦਿੱਲੀ ਦਰਬਾਰ ਤੋਂ ਇਹਨਾਂ ਨੇ ਕਰਵਾਉਣਾ ਸੀਗਾ। ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਤੇ ਗੱਲਾਂ ਹੋਰ ਬਹੁਤ ਬੁਲਾ ਰਹੇ ਆ, ਪਰ ਇਹਨਾਂ ਖਿਆਲ ਜ਼ਰੂਰ ਰੱਖੋ, ਆਪਣੀ ਸਭਿਅਤਾ ਨੂੰ ਪਿਆਰ ਕਰਨ ਵਾਲੇ ਲੋਕ ਹੀ ਜਿਉਂਦੇ ਹੁੰਦੇ ਆ, ਨਹੀਂ ਤਾਂ ਕੋਈ ਨਹੀਂ ਚੇਤੇ ਰੱਖਦਾ। ਜਿਹਨਾਂ ਨੇ ਆਪਣੀ ਬੋਲੀ ਆਪਣੀ ਸਭਿਅਤਾ ਛੱਡ ਦਿੱਤੀ ਆ, ਉਹਨਾਂ ਦੀ ਇੱਕ ਨਸਲ ਇੱਥੇ ਵੱਧ ਤੋਂ ਵੱਧ ਰਹਿਣੀ, ਦੂਜੀ ਨਸਲ ਨੇ ਉਹਨਾਂ ਨੂੰ ਭੁੱਲ ਭੁਲਾ ਜਾਣਾ ਇੱਥੇ ਦੁਨੀਆਂ ਤੇ, ਕਿਉਂਕਿ ਕਿਸੇ ਨੂੰ ਚੇਤੇ ਰੱਖਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀ ਖਾਤਰ, ਆਪਣੀ ਗੁਰਮੁਖੀ ਦੀ ਖਾਤਰ, ਕੀ ਤੁਸੀਂ ਇੱਕ ਸ਼ੋਅ ਨਹੀਂ ਬਾਲ ਸਕੇ? ਤੁਹਾਡੇ ਅੰਦਰ ਇੰਨਾ ਵੀ ਇੰਨੀ ਵੀ ਜ਼ਮੀਰ ਨਹੀਂ ਜਾਗਦੀ ਕਿ ਤੁਸੀਂ ਇੱਕ ਸ਼ੋਅ ਨੂੰ ਬਾਲ ਸਕੋ? ਆਪਣੇ ਆਪ ਨੂੰ ਜਾ ਕੇ, ਘਰ ਜਾ ਕੇ ਆਪਣੇ ਆਪ ਨੂੰ ਜਾ ਕੇ ਪੁੱਛਿਓ, ਆਪਣੇ ਬੱਚਿਆਂ ਦੇ ਮੂਹਰੇ ਕੀ ਮੂੰਹ ਦਿਖਾਉਂਗੇ? ਤੁਸੀਂ ਕਿੱਥੇ ਖੜੇ ਹੋ? ਤੁਸੀਂ ਇਸ ਦੇਸ਼ ਨੇ ਤੁਹਾਨੂੰ ਕੀ ਨਹੀਂ ਦਿੱਤਾ? ਕੀ ਤੁਸੀਂ ਆਪਣੀ ਮਾਂ ਬੋਲੀ ਦੀ ਖਾਤਰ ਥੋੜਾ ਜਿਹਾ ਵੀ ਨਹੀਂ ਕਰ ਸਕਦੇ? ਜੇ ਹੱਲੇ ਵੀ ਆਪਣੀ ਜ਼ਮੀਰ ਤੁਹਾਡੀ ਜਾਗਦੀ ਆ ਤਾਂ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਆ, ਇੱਧਰ ਆ ਕੇ ਖੜੇ ਹੋਣਾ ਚਾਹੀਦਾ ਆ। ਜੇ ਇੱਕ ਦੋ ਜਣੇ ਵੀ ਆ ਜਾਣਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ। ਥੈਂਕ ਯੂ ਜੀ। ਹੈਲੋ, ਜਿੰਨੇ ਵੀ ਵੀਰ ਦੇਰ ਆਏ ਦੋਸਤ ਆ, ਜਿੰਨੇ ਵੀਰ ਛੋਲਾ ਬਾਈਕਾਟ ਕਰਕੇ ਆਏ ਆ, ਇਸ ਪ੍ਰੋਟੈਸਟ ਦੇ ਵਿੱਚ ਖੜੇ ਹੋਏ ਆ, ਅਸੀਂ ਦਿਲੋਂ ਧੰਨਵਾਦ ਕਰਦੇ ਹਾਂ। ਮੈਂ ਇੱਕ ਗੱਲ ਬਿਲਕੁਲ ਕਲੀਅਰ ਕਰਦਾ ਨਾ, ਇਹਦਾ ਸ਼ੋਅ ਸਪੋਂਸਰ ਕਰਨ ਵਾਲਿਓ ਇਸ ਸਬੰਧ ਨੂੰ ਸਪੋਂਸਰ ਕਰਨਾ ਬੰਦ ਕਰੋ। ਤੁਸੀਂ ਸਾਡੇ ਪੈਸਿਆਂ 'ਤੇ, ਇੱਥੇ ਦੀ ਸੰਗਤ 'ਤੇ, ਇੱਥੇ ਦੇ ਪੰਜਾਬੀ ਦੇ ਲੋਕਾਂ ਤੁਹਾਡੇ ਬਿਜ਼ਨਸ ਚੱਲਦੇ ਆ,
ਤੁਹਾਡੇ ਆਟੇ ਉੱਤੇ ਕਿਸੇ ਨੇ ਨਹੀਂ ਖਰੀਦਣੇ, ਇਹ ਗੱਲ ਯਾਦ ਰੱਖਿਓ। ਇਹ ਪੰਜਾਬੀ ਤਾਹ ਚਾੜ ਦੇ ਨਾ, ਪੰਜਾਬੀ ਸਾਡੇ ਸਿੱਟਦੇ ਆ। ਹੁਣ ਮੈਂ ਬੇਨਤੀ ਕਰਾਂ ਕਦੋੜਾ ਸਾਹਿਬ ਨੂੰ, ਕਦੋੜਾ ਸਾਹਿਬ ਇੱਕ ਦੋ ਮਿੰਟ ਵਾਸਤੇ ਆਪਣੇ ਵਿਚਾਰ ਰੱਖਣਗੇ। ਧੰਨਵਾਦ। ਹਾਂਜੀ ਵੀਰੇ, ਰੈਡੀ ਹੋ ਕੇ ਆਪਾਂ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਪਛਾਣਿਆ। ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ। ਆਉਣ ਵਾਲੇ ਸਮਿਆਂ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਮੋਹਰੇ ਸਰਨੀਵਾਨੀ ਕਰੋਗੇ, ਤੁਹਾਡੇ ਬੱਚੇ ਪੁੱਛਣਗੇ। ਇਤਿਹਾਸ ਤਾਂ ਹਰ ਰੋਜ਼ ਬਣਦਾ, ਇਤਿਹਾਸ ਤਾਂ ਸਦੀਆਂ ਤੋਂ ਬਣਦਾ ਆ ਰਿਹਾ, ਅੱਜ ਵੀ ਇਤਿਹਾਸ ਬਣਦਾ। ਤੇ ਨਾਲ ਦੀ ਨਾਲ ਵੀ ਲੋ, ਪੰਜਾਬੀ ਨੇ ਤੁਹਾਨੂੰ ਕੀ ਨਹੀਂ ਦਿੱਤਾ? ਉਹਨੂੰ ਪੁੱਛਿਆ ਜਾ ਕੇ, ਜੇ ਤੁਹਾਨੂੰ ਬਾਹਲਾ ਚਾਅ ਨਾ ਉਹਨੂੰ ਸੁਣਨ ਦਾ, ਉਹਨੂੰ ਪੁੱਛਿਆ ਜਾ ਕੇ ਤਾਂ ਤੁਹਾਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ? ਉਹ ਸਾਈਕਲ ਤੇ ਤੁਰਿਆ ਫਿਰਦਾ ਹੁੰਦਾ ਸੀ ਤੂੰ ਕਿਸੇ ਸਮੇਂ ਪੰਜਾਬ ਦੇ ਵਿੱਚ, ਤੈਨੂੰ ਕੀ ਨਹੀਂ ਦਿੱਤਾ ਪੰਜਾਬੀ ਨੇ? ਤੇ ਅੱਜ ਜਾ ਕੇ ਤੂੰ ਪੰਜਾਬੀ ਦੀ ਪਿੱਠ ਤੇ ਸ਼ਰਮ ਮਾਰ ਲੈ। ਪੰਜਾਬੀ ਗਿਣਤੀ ਚ 2% ਤਾਂ ਕਦੇ ਵੀ ਨਹੀਂ ਵਧੇ, ਪਰ ਤੁਸੀਂ ਉਹਨਾਂ ਦੀ ਔਲਾਦ ਹੋ। ਭਾਵੇਂ ਸਹਿਜਧਾਰੀ ਹੋ ਤੇ ਭਾਵੇਂ ਅੰਮ੍ਰਿਤਧਾਰੀ ਹੋ, ਬਾਬਾ ਨਾਨਕ ਦੀ ਫੁਲਵਾੜੀ ਹੋ ਤੁਸੀਂ। ਭੇਟਾਂ ਜ਼ਿਆਦੀਆਂ ਵੀ ਹੁੰਦੀਆਂ, ਏਡਾ ਤਾਂ ਫਿਕਰ ਨਹੀਂ ਕਰੀਦਾ, ਕੁਛ ਨਹੀਂ ਹੋਣ ਲੱਗਾ, ਇੱਥੋਂ ਕੱਖ ਨਹੀਂ ਕੱਢਣਾ, ਕੱਲ ਨੂੰ ਵੀ ਦਿਨ ਚੜ੍ਹਨਾ। ਪਰ ਤੁਹਾਡੀ ਜ਼ਮੀਰ ਨੂੰ ਪੁੱਛਿਆ ਕਿ ਕੱਲ ਨੂੰ ਦਿਨ ਕਿੱਦਾਂ ਦਾ ਚੜ੍ਹਨਾ? ਆਪਣੀ ਜ਼ਮੀਰ ਨੂੰ ਪੁੱਛੋ ਕਿ ਕੱਲ ਨੂੰ ਦਿਨ ਕਿੱਦਾਂ ਦਾ ਚੜ੍ਹਨਾ? 3 ਲੱਖ ਤੋਂ ਪੰਜਾਬੀ ਵੱਧ ਮਾਰੇ ਉਹਨੇ, ਜਿਹਦੇ ਨਾਲ ਖੜ ਖੜ ਕੇ, ਜਿਹਦੀ ਸੱਚੀ ਬਾਂਹ ਸੀ ਇਹ, ਉਹ ਜਿਹਦੀ ਸੱਚੀ ਬਾਂਹ ਸੀ ਤੁਹਾਡੇ ਭਰਾ ਤੁਹਾਡੇ ਪੁੱਤ ਮਾਰ ਕੇ, ਉਹਨੂੰ ਸੱਚੀ ਬਾਂਹ ਸੀ। ਕੋਈ ਵੀ ਹੋਵੇ ਸਾਡੀ ਕੋਈ ਇੱਡੀ ਵੱਡੀ ਗੱਲ ਨਹੀਂ ਹੈ। ਪੰਜਾਬੀ ਸਿਰੇ ਤੇ ਚੜ੍ਹਾ ਵੀ ਦਿੰਦੇ ਆ, ਇਹ ਲਾ ਵੀ ਦਿੰਦੇ ਆ, ਇੱਡੀ ਕੋਈ ਗੱਲ ਨਹੀਂ ਹੈ, ਇਹ ਲਾ ਵੀ ਦਿੰਦੇ ਆ। ਜਿੱਦਾਂ ਲਾਉਂਦੇ ਆ ਨਾ ਰੋਲ ਦਿੰਦੇ ਪੈਰਾਂ ਦੇ ਵਿੱਚ, ਜਿੱਦਾਂ ਪੰਜਾਬੀ ਲਾਉਂਦੇ ਆ ਨਾ, ਬੰਦਾ ਮਿੰਨਤਾਂ ਕਰਦਾ, ਉਹ ਵੀ ਵੀਰ ਸਮਝ ਲੈਣ ਜਿਨ੍ਹਾਂ ਦੇ ਕਾਰੋਬਾਰ ਹੈ। ਵੀਰੋ, ਆਪਣੇ ਭਰਾਵਾਂ ਦੇ ਪਿੱਠ ਦੇ ਪਿੱਛੇ ਛੁਰੇ ਨਾ ਮਾਰੋ। ਸਤਿਕਾਰ ਕਰਦੇ ਹਾਂ ਅਸੀਂ ਸਾਰਿਆਂ ਦਾ, ਹਰ ਇੱਕ ਪਾਉਣ ਵਾਲੇ ਦਾ ਵੀ ਸਤਿਕਾਰ ਕਰਦੇ ਹਾਂ, ਪਰ ਜਿਹੜਾ ਮੇਰੀ ਮਾਂ ਦੀ ਬੋਲੀ ਦੀ ਪਾਤਰ ਹੋਊਗਾ ਨਾ, ਉਹਦਾ ਨਹੀਂ ਸਤਿਕਾਰ। ਜਿਹੜਾ ਕਿਸੇ ਹੋਰ ਦੀ ਬੋਲੀ ਦੀ ਵੀ ਪਾਤਰ ਹੋਊਗਾ ਸਾਡਾ, ਉਹਦਾ ਅਸੀਂ ਉਹਦਾ ਵੀ ਨਹੀਂ ਸਤਿਕਾਰ ਕਰਦੇ। ਅਸੀਂ ਜੇ ਸਿੱਖ ਧਰਮ ਦੇ ਵਿੱਚ, ਅਸੀਂ ਓਨਾ ਹੀ ਸਤਿਕਾਰ ਗੀਤਾਂ ਦਾ ਵੀ ਕਰਦੇ ਹਾਂ, ਅਸੀਂ ਓਨਾ ਹੀ ਸਤਿਕਾਰ ਕੁਰਾਨ ਦਾ ਵੀ ਕਰਦੇ ਹਾਂ। ਏਡੀ ਵੱਡੀ ਗੱਲ ਨਹੀਂ ਹੁੰਦੀ, ਕੋਈ ਇਹਨੂੰ ਰੰਗ ਦਿੱਤੀ ਜਾਂਦੀ ਹੈ ਕਿ ਅਸੀਂ 4 ਜਾਣੇ ਇੱਕ ਹਰੇਕ ਪਾਸੇ ਰਲਾ ਪਾਉਂਦੇ ਹਾਂ, ਕੋਈ ਗੱਲ ਨਹੀਂ। ਲੜਦੇ ਬਚਿੱਤਰ ਸਿੰਘ ਹੁੰਦੇ ਆ, ਦੁਨੀ ਚੰਦ ਨਹੀਂ ਲੜਦੇ ਹੁੰਦੇ, ਦੁਨੀ ਚੰਦ ਕੰਧ ਟੱਪ ਕੇ ਦੌੜ ਜਾਂਦੇ ਹੁੰਦੇ ਆ, ਦੁਨੀ ਚੰਦ ਕੰਧ ਟੱਪ ਕੇ ਦੌੜ ਜਾਂਦੇ ਆ, ਲੜਦੇ ਹਮੇਸ਼ਾ ਬਚਿੱਤਰ ਸਿੰਘ ਆ। ਵਧਾਈ ਦੇ ਪਾਤਰ ਹੋ ਜਿਹੜੇ ਜ਼ਮੀਰ ਦੀ ਆਵਾਜ਼ ਨੂੰ ਪਛਾਣ ਕੇ ਆਏ ਹੋ, ਜਿਹੜੇ ਵੀਰ ਮੀਡੀਆ ਨਾਲ ਰਿਲੇਟਡ ਹੈ ਉਹ ਹੋਰ ਵੀ ਵਧਾਈ ਦੇ ਪਾਤਰ ਹੈ, ਕਿਉਂਕਿ ਬੜਾ ਔਖਾ ਹੁੰਦਾ, ਬੜਾ ਔਖਾ ਹੁੰਦਾ ਜਿਹੜੇ ਮੀਡੀਆ ਨਾਲ ਰਿਲੇਟਡ ਵੀਰ ਹੈ, ਉਹਦੇ ਸੱਚ ਦੀ ਗੱਲ ਕਹਿਣੀ ਤੇ ਹਿੱਕ ਥਾਪੜ ਕੇ ਕਹਿਣੀ। ਵੀਰ ਝੰਡ ਜੀ ਝੰਡ ਵੀਰ ਹੋਣਾ ਦਾ ਤੇ ਨਾਲ ਜੀ ਨਾਲ ਗੋਬਿੰਦ ਧਾਲੀਵਾਲ ਵੀਰ ਹੋਣਾ ਦਾ ਸਾਰਿਆਂ ਵੀਰਾਂ ਦਾ ਸਤਿਕਾਰ ਹੈ, ਕਿਉਂਕਿ ਸੱਚ ਦੀ ਗੱਲ ਕਰਨਾ ਨਾ ਮਰਦਾਂ ਦੇ ਹਿੱਸੇ ਆਇਆ ਕਰਦਾ, ਸੱਚ ਦੀ ਗੱਲ ਕਰਨਾ ਹੱਕ ਦੀ ਗੱਲ ਕਰਨਾ ਮਰਦਾਂ ਦੇ ਹਿੱਸੇ ਆਇਆ ਕਰਦਾ। ਹੋਰ ਵੀ ਵੀਰਾਂ ਨੂੰ ਬੇਨਤੀ ਹੈ, ਤੁਸੀਂ ਸਾਰੀਆਂ ਮੇਰੀਆਂ ਭੈਣਾਂ ਹੋ, ਸਾਰੇ ਮੇਰੇ ਵੀਰ ਹੋ, ਖਤਮ ਨਹੀਂ ਹੋ ਜਾਣਾ ਜੇ ਇੱਕ ਸ਼ੋਅ ਨਹੀਂ ਦੇਖਿਆ, ਆਪਾਂ ਮਰ ਨਹੀਂ ਚੱਲੇ ਜੇ ਇੱਕ ਸ਼ੋਅ ਮਾਰ ਦਿਆਂਗੇ। ਪਰ ਗੁਰਮੁਖ ਪਿਆਰਿਓ, ਯਾਦ ਰੱਖਿਓ ਇਤਿਹਾਸ ਯਾਦ ਰਹਿੰਦਾ, ਇਤਿਹਾਸ ਬਣਦਾ, ਇਤਿਹਾਸ ਬੰਦ ਵਿੱਚ ਵੀ ਬਣਿਆ ਸੀ, ਇਤਿਹਾਸ ਪਿਛਲੇ ਸਮਿਆਂ 'ਚ ਵੀ ਬਣਿਆ ਸੀ, ਇਤਿਹਾਸ ਤਾਂ ਹਰ ਰੋਜ਼ ਬਣਦਾ। ਆਉਣ ਵਾਲੇ ਸਮੇਂ ਤੁਹਾਨੂੰ ਯਾਦ ਰੱਖਣਗੇ ਕਿ ਤੁਸੀਂ ਲੈਣ ਦੇ ਪਰਲੇ ਪਾਸੇ ਸੀ ਕਿ ਲੈਣ ਦੇ ਪਰਲੇ ਪਾਸੇ ਸੀ। ਆਓ ਅਗਲੀਆਂ ਵਿਚਾਰਾਂ ਵੀਰ ਕੋਲ ਸਰਵਣ ਕਰਦੇ ਹਾਂ। ਪੰਜਾਬੀ ਬੋਲੀ ਜ਼ਿੰਦਾਬਾਦ, ਪੰਜਾਬੀ ਬੋਲੀ ਜ਼ਿੰਦਾਬਾਦ। ਮੈਂ ਬੇਨਤੀ ਕਰਨੀ ਆ, ਜਿਹੜੀਆਂ ਲਿਮੋਜ਼ੀਨ ਤੇ ਘੁੰਮਦਾ ਨਾ, ਇਹ ਤੁਹਾਡੇ ਪੈਸਿਆਂ ਤੇ ਘੁੰਮਦਾ, ਇਹ ਲਿਮੋਜ਼ੀਨ ਦੇ ਵਿੱਚ ਇਹਦੀ ਕਾਬ ਨਹੀਂ ਸੀ ਕੋਈ, ਉਹ ਤੁਸੀਂ ਚੜਾਤਾ ਇਹਨੂੰ। ਅਸੀਂ ਕੈਨੇਡਾ ਦੀ ਉਸ ਧਰਤੀ ਤੇ ਰਹਿੰਦੇ ਹਾਂ ਜਿਹੜੇ 4 ਦਵੀ ਸਮਾਜ ਦੇ ਵਿੱਚ ਤੇ 9 ਦਵੀ ਧਰਤੀ ਦੇ ਆ। ਹੁਣ ਮੈਂ ਬੇਨਤੀ ਕਰਾਂਗਾ
ਡਬਲ ਪ੍ਰਾਈਸ ਕਰਤੀ ਆ ਟ੍ਰੇਨ ਦੀ ਡਬਲ ਪ੍ਰਾਈਸ ਜੇ 50 ਦੀ ਲਈ ਆ 100 ਮੋੜਾਂਗੇ 150 ਲਈ ਆ 300 ਮੋੜਾਂਗੇ ਨਾਲੇ ਇੱਥੇ ਖੜ ਕੇ ਮੋੜਾਂਗੇ ਇਹ ਨਹੀਂ ਭਜਵੇਂ ਨਹੀਂ ਅਸੀਂ ਜਿਹੜੀ ਜਵਾਨ ਕੀਤੀ ਆ ਇਸ ਬੰਦੇ ਨੂੰ ਅਸੀਂ ਸੱਕ ਦੇਣਾ ਚਾਹੁੰਦੇ ਆ ਤੇ ਨਾਲ ਅਸੀਂ ਉਹਨਾਂ ਸਪੋਂਸਰਾਂ ਦੱਸਣਾ ਚਾਹੁੰਦੇ ਆ ਇਹਦਾ ਸ਼ੋ ਸਪੋਂਸਰ ਕਰਨ ਤੋਂ ਪਹਿਲਾਂ 100 ਵਾਰੀ ਸੋਚੋ 100 ਵਾਰੀ ਤੁਸੀਂ ਇਸ ਉਸ ਬੰਦੇ ਨੂੰ ਸਪੋਂਸਰ ਕਰ ਜਿਸ ਬੰਦੇ ਨੇ ਤੁਹਾਡੀ ਮਾਂ ਨੂੰ ਮਾਸੀ ਆਖਿਆ ਤੇ ਮਾਸੀ ਨੂੰ ਮਾਂ ਆਖਿਆ ਇਹ ਚਾਹੁੰਦਾ ਆ ਮੈਂ ਪੰਜਾਬੀਆਂ ਨੂੰ ਗਾਲਾਂ ਕੱਢ ਕੇ ਕੋਈ ਭਾਰਤ ਭੂਸ਼ਣ ਲੈ ਲਵਾਂ ਜਾ ਕੇ ਮੋਦੀ ਦੇ ਕੋਲ ਪਰ ਇਹ ਨਹੀਂ ਪਤਾ ਪੰਜਾਬ ਦੇ ਵਿੱਚ ਵੀ ਤੇਰਾ ਵਿਰੋਧ ਹੋਊਗਾ ਸਰੀ ਤੋਂ ਵਿਰੋਧ ਹੋਇਆ ਸ਼ੁਰੂ ਦੁਨੀਆਂ ਦੇ ਵਿੱਚ ਸ਼ੁਰੂ ਹੁੰਦਾ ਇਹ ਹਿਸਟਰੀ ਆ ਸਰੀ ਦੀ ਇਹ ਸਪੈਨਕ ਉਹਦੀ ਹਿਸਟਰੀ ਆ ਇੱਥੋਂ ਦਾ ਨਕਾਰਿਆ ਹੋਇਆ ਬੰਦਾ ਮੁੜ ਕੇ ਕਦੀ ਪੈਰਾਂ ਤੇ ਨਹੀਂ ਆਇਆ ਇਹ ਚਾੜਦੇ ਵੀ ਆ ਤੇ ਭੇਜਦੇ ਵੀ ਗਧੇ ਦੇ ਹੁੰਦੇ ਆ ਤੈਨੂੰ ਜੇ ਗਧੇ ਦੇ ਨਾ ਭੇਜਿਆ ਤਾਂ ਸਾਨੂੰ ਵੀ ਯਾਦ ਨਾ ਰੱਖੀ ਸੋ ਮੈਂ ਹੁਣ ਓਪਨ ਕਹਿਣਾ ਚਾਹੁੰਦਾ ਓਪਨ ਟਾਈਮ ਬਹੁਤ ਹੋ ਗਿਆ ਕਿਸੇ ਬੰਦੇ ਨੇ ਨਾ ਕਹਿਣਾ ਕੋਈ ਸਟੇਜ ਆ ਕੋਈ ਵੀ ਵਿਚਾਰ ਰੱਖਣਾ ਹੋਵੇ ਕੋਈ ਵੀ ਵਿਚਾਰ ਪਰ ਹੋਵੇ ਇਹਦੇ ਪੋਲਟਸ ਦੇ ਅਗੇਂਸਟ ਤਾਂ ਕਰਕੇ ਅਸੀਂ ਉਹਨੂੰ ਟਾਈਮ ਦਿੱਤਾ ਜਾਊਗਾ ਸੋ ਮੈਂ ਬੇਨਤੀ ਕਰਾਂਗਾ ਗੋਲਡੀ ਸਾਹਿਬ ਮੇਰੇ ਕੋਲ ਫੇਰ ਪਹੁੰਚ ਚੁੱਕੇ ਆ ਦੋ ਤਿੰਨ ਬੁਲਾਰੇ ਸਾਡੇ ਕੋਲ ਹੈ ਜੇ ਕਿਸੇ ਨੇ ਹੋਰ ਵੀ ਬੋਲਣਾ ਆ ਤਾਂ ਟਾਈਮ ਲੈ ਸਕਦਾ ਆ ਸੁੱਕੀ ਸੰਧੂ ਦਾ ਵਿਸ਼ੇਸ਼ ਤੌਰ ਧੰਨਵਾਦ ਕਰਦਾ ਝੰਡ ਸਾਹਿਬ ਦਾ ਜਿਹੜੇ ਮੀਡੀਆ ਦੇ ਦੇਖੋ ਜਿਹਨਾਂ ਲੋਕਾਂ ਦੀ ਜ਼ਮੀਰ ਜਾਗਦੀ ਆ ਬਲਦੀਪ ਸਿੰਘ ਝੰਡ ਉਹ ਕਹਿੰਦਾ ਅਸੀਂ ਪੰਜਾਬੀ ਮੀਡੀਆ ਦੇ ਲੋਕੀ ਸਾਥੀ ਆ ਮੈਂ ਨਾਮ ਕਰਾਂ ਨੂੰ ਕਹਿੰਦਾ ਸੋਚਿਆ ਪੋਰਟਸ ਦੇ ਵਿੱਚ ਉਹ ਬੋਲਦਾ ਇੱਥੇ ਹੁਣ ਮੈਂ ਗੋਲਡ ਸਾਹਿਬ ਬੇਨਤੀ ਕਰਾਂਗਾ ਯੋਰ ਗੋਲਡੀ ਥੈਂਕ ਯੂ ਸੋ ਮਚ ਹਾਂਜੀ ਦੋਸਤੋ ਮੈਨੂੰ ਲੱਗਦਾ ਵੀ ਗੁਰਦਾਸਾ ਨੇ ਸਾਰੀ ਉਚਿਤ ਬੋਲੀ ਦਾ ਇੰਨਾ ਪ੍ਰਚਾਰ ਕੀਤਾ ਹੋਣਾ ਜਿਹੜਾ ਅੱਜ ਬੋਲੀ ਨੂੰ ਕਿਸੇ ਵੱਡੇ ਵੱਡੇ ਕਲਾਕਾਰਾਂ ਜਾਂ ਵਿਦਵਾਨਾਂ ਦੀ ਲੋੜ ਨਹੀਂ ਹੁੰਦੀ ਪ੍ਰਚਾਰ ਦੇ ਲਈ ਬੋਲੀ ਨੂੰ ਪਿਆਰ ਕਰਨ ਵਾਲੇ ਆਪਣੇ ਆਪ ਮੂਹਰੇ ਆ ਜਾਂਦੇ ਹੁੰਦੇ ਆ ਇਹਨੇ ਜਿਹੜਾ ਠਗਦਗਾ ਚਲਾਇਆ ਹੈਗਾ ਨਾ 2 ਸਾਲ ਲਈ ਡਾਲਰ ਇਕੱਠੇ ਕਰਨ ਦਾ ਸਾਰੀ ਦੁਨੀਆ ਦੇ ਵਿੱਚ ਇਹਨੂੰ ਇਹ ਦੁਨੀਆ ਘੁੰਮ ਕੇ ਡਾਲਰ ਦਾ ਦੱਸਦਾ ਪਰ ਇਹਨੂੰ ਇਹ ਨਹੀਂ ਪਤਾ ਲੱਗਾ ਵੀ ਵੰਨ ਸੁਵੰਨਤਾ ਕੀ ਹੁੰਦੀ ਵੱਖਰੇ ਵੱਖਰੇ ਰੰਗ ਕੀ ਹੁੰਦੇ ਆ ਦੁਨੀਆ ਦੇ ਵਿੱਚ ਜਿੱਥੇ ਵੀ ਜਾਂਦਾ ਉੱਥੇ ਹਿੰਦੀ 'ਚ ਜਾਂ ਹੋਰ ਕਿਸੇ ਬੋਲੀ 'ਚ ਨਹੀਂ ਗੱਲ ਕਰਦਾ ਜਿੱਥੇ ਦੇਸ਼ 'ਚ ਜਾਣਾ ਇਹਨੂੰ ਹਰ ਬੰਦੇ ਨੂੰ ਗੱਲ ਕਰਨ ਵਾਲੇ ਬੰਦੇ ਮਿਲ ਜਾਂਦੇ ਆ ਹੁਣ ਜਿਹੜਾ ਸ਼ੋਅ ਹੋਣਾ ਹੈਗਾ ਉਹ ਤਾਂ ਇੱਥੇ ਹੋ ਚੁੱਕਾ ਆ ਅੰਦਰ ਤਾਂ ਸਿਰ ਵਾ ਤੁਹਾਨੂੰ ਹੁਣ ਲੱਤਾਂ ਕੰਮ ਦੀਆਂ ਦੱਸਣੀਆਂ ਤੁਹਾਡਾ ਵੀ ਦਿਲ ਅੰਦਰ ਜਾਣ ਨੂੰ ਨਹੀਂ ਕਰਦਾ ਕਿਉਂਕਿ ਇਹ ਤੋਂ ਵਧੀਆ ਸ਼ੋਅ ਤੁਸੀਂ ਅੰਦਰ ਵੀ ਨਹੀਂ ਦੇਖਣਾ ਤੁਹਾਨੂੰ ਵੀ ਪਤਾ ਆ ਉਹਨੂੰ ਪੁੱਛੋ ਸਟੇਜ ਤੇ ਚੜ੍ਹਨ ਲੱਗੇ ਨੂੰ ਲੱਤਾਂ ਕਿੱਦਾਂ ਕੰਬਣੀਆਂ ਆ ਜੇ 2 ਘੰਟੇ ਵੀ ਤੁਹਾਡੇ ਲਈ ਲਾਗਦੇ ਬਹੁਤ ਆ ਤੁਹਾਡਾ ਜੋ ਇੱਥੇ ਇੰਟਰਟੇਨਮੈਂਟ ਪੰਜਾਬੀ ਬੋਲੀ ਨੇ ਕੀਤਾ ਇਹ ਗੁਰਦਾਸਮਾਨ ਨਹੀਂ ਕਰ ਸਕਦਾ ਇਹ ਇੰਟਰਟੇਨਮੈਂਟ ਦਿਲਾਂ ਦੇ ਵਿੱਚੋਂ ਦਰਦ ਵਿੱਚੋਂ ਨਿਕਲਿਆ ਆ ਇਹਦੇ ਵਾਂਗੂ ਡਾਲਰ ਇਕੱਠੇ ਕਰਨ ਲਈ ਨਹੀਂ ਨਿਕਲਿਆ ਸਾਰੇ ਬੰਦੇ ਇਹ ਕਹਿੰਦਾ ਗਾ ਇਹ ਬਿਲਰ ਬੈਠੇ ਆ ਇਹਨੂੰ ਸੋਸ਼ਲ ਮੀਡੀਆ ਤੇ ਬਿਲਰ ਲੋਕ ਹੀ ਦੇਖਦੇ ਆ ਅਸੀਂ ਗੀਤ ਸੁਣਦੇ ਆ ਹਰ ਇੱਕ ਸਿੰਗਰ ਦੇ ਸੁਣਦੇ ਆ ਪੰਜਾਬੀ ਬੋਲੀ ਕਰਕੇ ਸੁਣਦੇ ਆ ਕਿਸੇ ਸਿੰਗਰ ਦੀ ਆਪਣੀ ਕੁਆਲਿਟੀ ਔਕਾਤ ਨਹੀਂ ਹੈਗੀ ਜਿਹੜਾ ਪੰਜਾਬੀ ਬੋਲੀ ਤੋਂ ਵੱਡਾ ਹੋ ਜਾਵੇ ਇਹਨਾਂ ਲੋਕਾਂ ਨੂੰ ਲੱਗਦਾ ਹੈਗਾ ਇਹ ਲਿਵਿੰਗ ਲੈਜੈਂਡ ਬਣ ਗਏ ਆ ਪਤਾ ਨਹੀਂ ਇਹਨਾਂ ਨੂੰ ਸਾਰੀ ਉਮਰ ਉਹ ਜਿਹੜੇ ਲੈਜੈਂਡ ਆ ਉਹ ਗੁਰੂ ਨਾਨਕ ਸਾਹਿਬ ਬਾਬਾ ਫਰੀਦ ਵਰਗੇ ਆ ਜਿਨ੍ਹਾਂ ਨੇ ਸਦੀਆਂ ਤੱਕ ਰਹਿੰਦੀ ਦੁਨੀਆਂ ਤੱਕ ਰਹਿਣੇ ਆ ਇਹ ਤਾਂ ਆਪਣੇ ਜੀਉਂਦੇ ਜੀ ਇਹਨੇ ਆਪਣੀ ਔਕਾਤ ਦਿਖਾ ਦਿੱਤੀ ਆ ਜਿਹੜੇ ਅਸਲੀ ਹੁੰਦੇ ਆ ਉਹ ਕਹਿਣੀ ਤੇ ਕਰਨੀ ਵਾਲੇ ਹੁੰਦੇ ਆ ਇਹ ਕੋਈ ਬੜਾ ਫਰਕ ਨਹੀਂ ਪੈਣਾ ਤੁਸੀਂ ਅੱਧਾ ਘੰਟਾ ਅੰਦਰ ਦੇਖ ਲਓਗੇ ਉਹਨਾਂ ਕੋਲ ਸਾਨੂੰ ਕੋਈ ਫਰਕ ਨਹੀਂ ਪੈਣਾ ਇੱਕ ਮਾਨਸਿਕਤਾ ਹੁੰਦੀ ਆ ਬਹੁਤ ਬੰਦੇ ਹੁੰਦੇ ਦੁਨੀਆਂ ਦੇ ਵਿੱਚ ਭੀੜਾਂ ਬਹੁਤ ਬੰਦਿਆਂ ਦੀਆਂ ਹੁੰਦੀਆਂ ਕੋਈ ਕਿਸੇ ਪਾਸੇ ਵੱਧ ਹੋ ਸਕਦੀਆਂ ਕਿਸੇ ਪਾਸੇ ਘੱਟ ਹੋ ਸਕਦੀਆਂ ਗੁਰੂ ਸਾਹਿਬ ਨੇ ਜਦੋਂ 1.25 ਲੱਖ ਦੇ ਨਾਲ ਇੱਕ ਇੱਕ ਖੜਾ ਕੀਤਾ ਗਾ ਉਹ ਭੀੜਾਂ ਦੇਖ ਕੇ ਨਹੀਂ ਗਾ ਵੀ ਭੀੜ ਕਿੱਧਰ ਆ ਲੋਕਤੰਤਰ ਇਹ ਨਹੀਂ ਹੁੰਦਾ ਲੋਕਤੰਤਰ ਇਹ ਹੁੰਦਾ ਦੂਜੇ ਦਾ ਸਤਿਕਾਰ ਕਰਨਾ ਸਾਡੇ ਲਈ ਅਸੀਂ ਸਤਿਕਾਰ ਲਈ ਖੜੇ ਹਾਂ ਜਿਹੜਾ ਵੀ ਤੁਹਾਡੇ ਵਿੱਚ ਆਇਆ ਉਹਨਾਂ ਦਾ ਸਤਿਕਾਰ ਕੀਤਾ ਜਿਹੜਾ ਨਹੀਂ ਵੀ ਆਉਂਦਾ ਸਾਨੂੰ ਉਹਦੇ ਨਾਲ ਵੀ ਕੋਈ ਗਲਾ ਸ਼ਿਕਵਾ ਨਹੀਂ ਉਹਦੀ ਆਪਣੀ ਇੱਕ ਮਾਨਸਿਕਤਾ ਹੋ ਸਕਦੀ ਆ ਉਹ ਆਪਣੇ ਤਰੀਕੇ ਬੋਲੀ ਨੂੰ ਸਮਝਦਾ ਹੋਊਗਾ ਕਿਸ ਤਰ੍ਹਾਂ ਆਊਗੀ ਪਰ ਖਿਆਲ ਕਰਿਓ ਜਿਹੜੀ ਬੋਲੀ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਉਹੀ ਤੁਹਾਡੀ ਆਪਣੀ ਬੋਲੀ ਹੁੰਦੀ ਆ ਆਪਣੀ ਬੋਲੀ ਦੇ ਵਿੱਚ ਹਰ ਇੱਕ ਨੂੰ ਮਾਣ ਹੁੰਦਾ ਗੱਲ ਕਰਨ ਦਾ ਪਰ ਇਹਨਾਂ ਲੋਕਾਂ ਨੇ ਕਿੰਨਾ ਸਮਾਂ ਪੰਜਾਬੀ ਬੋਲੀ ਦੇ
ਇੱਕ ਹੋਰ ਗੱਲ ਤੁਸੀਂ ਦੇਖੋ, ਇੱਕ ਗੱਲ ਆਪਾਂ ਨੂੰ ਨਵੀਂ ਲੱਗਦੀ ਆ, 90 ਮਿਆਂ ਤੋਂ ਬਾਅਦ ਜਦੋਂ ਕਹਿੰਦੇ ਹਿੰਦੀ ਕੈਸਟ ਕੱਢੀ ਸੀਗੀ ਨਾ, ਉਦੋਂ ਇੱਕ ਰਿਵਾਜ਼ ਵੀ ਹੁੰਦਾ, ਸਾਰਿਆਂ ਨੇ ਦੇਖਿਆ ਹਰ ਇੱਕ ਨੂੰ ਹੁੰਦਾ ਗਾ ਇੱਕ ਹਿੰਦੀ ਗਾਣਾ ਵੀ ਕੱਢਣਾ ਆ, ਉਹ ਕਿਤੇ ਉੱਦਾਂ ਨਹੀਂ ਹੁੰਦਾ ਹੈਗਾ, ਉਹਦੇ ਮਗਰ ਪੂਰੀ ਪਲੈਨਿੰਗ ਹੁੰਦੀ ਹੈਗੀ। KPS ਗਿੱਲ ਨੇ ਨੱਚਦੀ ਜਵਾਨੀ ਆਪਣਾ ਬਣਾਇਆ ਹੁੰਦਾ ਗਾ, ਇੱਕ ਆਰਕੈਸਟਰਾ ਜਿਹਾ, ਪੁਲਿਸ ਇੱਥੇ ਸਾਡੇ ਸਾਹਮਣੇ ਵੀ ਖੜੀ ਆ, ਇਹਨਾਂ ਦਾ ਕੰਮ ਹੈਗਾ ਕਾਨੂੰਨ ਨੂੰ ਲਾਗੂ ਕਰਨਾ, ਅਖਾੜੇ ਲਾਉਣਾ ਨਹੀਂ ਹੈਗਾ। KPS ਗਿੱਲ ਅਖਾੜੇ ਲਾਉਂਦਾ ਹੁੰਦਾ ਗਾ ਦਿੱਲੀ ਦਰਬਾਰ ਦੇ ਵਿੱਚ ਇਹਨਾਂ ਸਾਰਿਆਂ ਨੂੰ ਲਿਜਾ ਕੇ, ਸਾਰੇ ਸਿੰਗਰਾਂ ਦਾ ਪਤਾ, ਉਹ ਸਾਰੇ ਸੱਭਿਆਚਾਰਕ ਦੇ ਨਾਂ 'ਤੇ ਕਹਿੰਦਾ ਗਾ ਮੈਂ ਪ੍ਰਬੰਧ ਕਰੂੰਗਾ ਸਾਰੇ, ਆਪਾਂ ਨੂੰ ਕਹਿਣ ਦੀ ਲੋੜ ਨਹੀਂ। ਉਹਨਾਂ ਵਿੱਚੋਂ ਬਹੁਤ ਸਾਰੇ ਸਿੰਗਰਾਂ ਨੇ ਮਾਫ਼ੀ ਮੰਗੀ ਆ, ਆਏ ਆ, ਅਤੇ ਮੈਂ ਖਾਸ ਕਰਕੇ ਬੜੀ ਨਿਰਾਸ਼ਾ ਹੋਈ ਅੱਜ ਪੰਜਾਬੀ ਦੇ ਜਿਹੜੇ ਨਵੇਂ ਸਿੰਗਰ ਆ ਉਹਨਾਂ ਤੋਂ, ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਹਾਂ ਮਾਂ ਬੋਲੀ ਵਿੱਚ ਹਾਲਾ ਨਾਰਾ ਮਾਰਨਾ ਚਾਹੀਦਾ ਸੀਗਾ, ਉਹ ਮਾਰ ਨਹੀਂ ਸਕੇ। ਸਾਊਥ ਦੇ ਵਿੱਚ ਦੇਖੋ ਕਮਲ ਹਸਨ ਵਰਗਿਆਂ ਨੂੰ ਸਾਡੇ ਕਿੱਥੇ ਗਏ, ਥੋੜ੍ਹੇ ਦਿਨ ਪਹਿਲਾਂ ਦਲਜੀਤ ਨੇ ਕੀ ਪ੍ਰਿੰਟ ਕੀਤਾ ਹੈਗਾ ਜਦੋਂ ਵੀ ਬਾਂਹ ਮਰੋੜੀ ਸੀਗੀ ਰਾਸ਼ਟਰਵਾਦੀਆਂ ਨੇ, ਸਾਡੇ ਕਿੱਥੇ ਗਏ ਵੱਡੇ ਵੱਡੇ, ਇਹਨਾਂ ਨੂੰ ਪੁੱਛੋ ਜਿਨ੍ਹਾਂ ਦੇ ਤੁਸੀਂ ਫੈਨ ਬਣੇ ਹੋ ਆ, ਵੀ ਪੁੱਛੋ ਪੰਜਾਬੀ ਬੋਲੀ ਦਾ ਖਾਨੇ ਆ, ਅੱਜ ਜਿੰਨੇ ਸਾਡੇ ਇੱਧਰ ਦੇ ਬੱਚੇ ਵੀ ਆ ਉਹ ਇਹਨਾਂ ਨੂੰ ਤਾਂ ਸੁਣਦੇ ਕਿਉਂਕਿ ਪੰਜਾਬੀ 'ਚ ਗਾਉਂਦੇ ਆ, ਕਿਸੇ ਪੰਜਾਬੀ ਬੋਲੀ ਦਾ ਇੰਨੀ ਅਮੀਰ ਬੋਲੀ ਹੈ ਜਿਹੜੇ ਮਰਜ਼ੀ ਇਹਦੇ ਵਿੱਚ ਸ਼ਬਦ ਆ ਜਾਣ ਇਹ ਉਹਨਾਂ ਨੂੰ ਬੜੇ ਆਰਾਮ ਨਾਲ ਆਪਣੇ ਬਣਾ ਲੈਂਦੀ ਆ, ਬੜਾ ਸਤਿਕਾਰ ਦਿੰਦੀ ਆ, ਬਹੁਤ ਘੱਟ ਬੋਲੀਆਂ ਇੱਦਾਂ ਦੀਆਂ ਹੁੰਦੀਆਂ। ਅਤੇ ਸਪੈਸ਼ਲੀ ਸਾਡਾ ਇਹ ਫਰਜ਼ ਬਣਦਾ, ਇਕੱਲਾ ਇਹ ਗੁਰਦਾਸ ਮਾਨ ਵਰਗਾ ਨਹੀਂ, ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਇਹ ਅਪੀਲ ਕਰੋ, ਉਹਨਾਂ ਨੂੰ ਇਹ ਦੱਸੋ ਵੀ ਤੁਸੀਂ ਪੰਜਾਬੀ ਬੋਲੀ ਦੇ ਬਾਰੇ ਕੀ ਕਹਿੰਦੇ ਆ, ਤੁਸੀਂ ਦੱਸੋ ਪੰਜਾਬੀ ਬੋਲੀ ਦੇ ਬਾਰੇ ਤੁਹਾਡਾ ਕੀ ਕਹਿਣਾ ਆ, ਕਿਉਂਕਿ ਜੇ ਅਸੀਂ ਉਹਨਾਂ ਨੂੰ ਨਹੀਂ ਸਵਾਲ ਕਰਾਂਗੇ ਫਿਰ ਕਿਸੇ ਨੇ ਨਹੀਂ ਬੋਲਣਾ। ਇਹ ਆਪਾਂ ਨੂੰ ਇੱਦਾਂ ਲੱਗਦਾ ਸੀਗਾ ਨਾ ਵੀ ਜਦੋਂ ਥੋੜ੍ਹੇ ਸਾਲ ਪਹਿਲਾਂ ਪੰਜਾਬ ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਰਾਜਨੀਤਿਕਾਂ ਦਾ ਵਿਰੋਧ ਹੋਣਾ ਪਿਆ, ਫਿਰ ਹੌਲੀ ਹੌਲੀ ਇਹ ਹੋਣਾ ਹੀ ਸੀਗਾ, ਕਿਉਂਕਿ ਪੰਜਾਬ ਦੇ ਵਿੱਚ ਆਪਾਂ ਦਿੱਲੀ ਦਰਬਾਰ ਨੂੰ ਤਾਂ ਮਾੜਾ ਕਹਿੰਦੇ ਹਾਂ, ਅਸਲ ਦੇ ਵਿੱਚ ਪੰਜਾਬ ਦੇ ਜਿਹੜਾ ਧੋਖਾ ਕੀਤਾ ਪੰਜਾਬ ਦੇ ਨਾਲ, ਉਹ ਸਾਡੇ ਇਹ ਅਖੌਤੀ ਜਿਹੜੇ ਸਾਡੇ ਵਿਦਵਾਨ ਆ ਪੰਜਾਬ 'ਚ ਵੱਡੀ ਜਿਹੜੀ ਬਹੁਤ ਕੰਗਾਲੀ ਬੁੱਧੀਜੀਵੀਆਂ ਨੇ ਸਾਡੇ ਨਾਲ ਧੋਖਾ ਕੀਤਾ, ਉਹ ਕਲਾਕਾਰਾਂ ਨੇ ਧੋਖਾ ਕੀਤਾ, ਸਾਡੀ ਬੋਲੀ ਦਾ ਖਾ ਕੇ ਸਾਡੀ ਬੋਲੀ ਦੇ ਵਿਰੁੱਧ ਭੁਗਤੇ ਆ, ਸਾਡੇ ਸੱਭਿਆਚਾਰ ਵਿਰੁੱਧ, ਸਾਡੀ ਸੱਭਿਅਤਾ ਵਿਰੁੱਧ। ਕਈ ਲੋਕਾਂ ਨੂੰ ਇਹ ਵੀ ਲੱਗਦਾ ਆ ਵੀ ਇਹ ਬੋਲੀ ਕੇਵਲ ਸਿੱਖਾਂ ਦੀ ਆ, ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਉਹ ਸਰਬੱਤ ਦੇ ਭਲੇ ਆ, ਸਾਰੇ ਦੁਨੀਆਂ ਦੇ ਲਈ ਆ, ਉਹ ਸਾਰੇ ਉਹਦਾ ਸਤਿਕਾਰ ਕਰਦੇ ਆ, ਦੁਨੀਆਂ ਭਰ ਦੀਆਂ ਜਿੰਨੀਆਂ ਵੀ ਬੋਲੀਆਂ ਗੁਰੂ ਸਾਹਿਬ ਜਿੱਤੇ ਗਏ ਉਹਨਾਂ ਸਾਰੀਆਂ ਨੂੰ ਬਰਾਬਰ ਦਾ ਮਾਣ ਬਖਸ਼ਿਆ, ਉਹ ਗੁਰਮੁਖੀ ਲਿਪੀ ਵਿੱਚ ਵਰਤਿਆ ਦਿੱਤਾ ਨਿਰਮਾਣ, ਉਦੋਂ ਵੀ ਸੀਗੀ ਸੰਸਕ੍ਰਿਤ ਦੇਵਨਾਗਰੀ ਜਾਂ ਹੋਰ ਲਿਪੀਆਂ, ਕਿਉਂ ਨਹੀਂ ਦਿੱਤਾ? ਉਹਦਾ ਕਾਰਨ ਇਹ ਸੀਗਾ ਉਦੋਂ ਸੰਸਕ੍ਰਿਤ ਦੀ ਜਿਹੜੀ ਬੋਲੀ ਸੀਗੀ ਉਹ ਬ੍ਰਾਹਮਣ ਦੀ ਮਨੁਵਾਦੀ ਬੋਲੀ ਸੀ, ਉਹਦੇ ਵਿੱਚ ਜੇ ਗੁਰੂ ਸਾਹਿਬ ਨੇ ਦਿੱਤਾ ਹੁੰਦਾ ਬ੍ਰਾਹਮਣ ਨੇ ਅੱਜ ਉੱਤੇ ਕਬਜ਼ਾ ਕੀਤਾ ਹੋਣਾ ਸੀਗਾ, ਇਹ ਸਾਨੂੰ ਗੱਲ ਚੇਤੇ ਰੱਖਣੀ ਚਾਹੀਦੀ। ਉਸ ਬੋਲੀ ਦੇ ਵਿੱਚ ਕਿਸੇ ਨੂੰ ਵੀ ਮਾਣ ਨਹੀਂ ਦਿੱਤਾ ਗਿਆ, ਉਹ ਬੋਲੀ ਕੋਈ ਪੜ੍ਹ ਨਹੀਂ ਸਕਦਾ ਸੀਗਾ, ਕਈਆਂ ਨੂੰ ਇਹ ਵਿਆਹ ਰਹਿੰਦਾ ਵੀ ਸੰਸਕ੍ਰਿਤੀ ਵਿੱਚੋਂ ਪੰਜਾਬੀ ਨਿਕਲੀ ਆ। ਮਿੱਤਰੋ, ਸੰਸਕ੍ਰਿਤੀ ਕਦੇ ਵੀ ਲੋਕ ਬੋਲੀ ਨਹੀਂ ਸੀਗੀ, ਉਹ ਸਿਰਫ ਇੱਕ ਉਹਨਾਂ ਲੋਕਾਂ ਨੇ ਗ੍ਰੰਥਾਂ ਤੱਕ ਸੀਮਿਤ ਕੀਤੇ ਸੀ ਲੋਕਾਂ ਨੂੰ ਮੂਰਖ ਬਣਾਉਣ ਦੇ ਲਈ, ਆਮ ਲੋਕ ਪੜ੍ਹ ਵੀ ਨਹੀਂ ਸਕਦੇ ਸੀਗੇ ਉਸ ਬੋਲੀ ਨੂੰ, ਉਹਨਾਂ ਦੇ ਪੜ੍ਹਨ 'ਤੇ ਵੀ ਬੈਨ ਸੀਗਾ। ਗੁਰੂ ਸਾਹਿਬ ਨੇ ਬੜੇ ਬਹੁਤ ਦੂਰ ਦ੍ਰਿਸ਼ਟੀ ਰੱਖ ਲਓ, ਜਦੋਂ ਰੂਹਾਨੀਅਤ ਦੇ ਉਹ ਤਾਂ ਪਹੁੰਚੋ ਪੈਗੰਬਰ ਸੀਗੇ, ਉਹਨਾਂ ਨੂੰ ਪਤਾ ਸੀਗਾ ਵੀ ਲੋਕ ਭੜਕ ਨੂੰ ਬੋਲੀ ਰਾਹੀਂ ਵੀ ਸਾਡੇ 'ਤੇ ਕਬਜ਼ਾ ਕਰ ਸਕਦੇ, ਸਾਡੇ ਵਿਚਾਰਾਂ 'ਤੇ, ਸਰਬੱਤ ਦੇ ਭਲੇ 'ਤੇ। ਇਸ ਕਰਕੇ ਉਹਨਾਂ ਨੇ ਪੰਜਾਬੀ ਦੀ ਉਸ ਬੋਲੀ ਨੂੰ, ਉਸ ਧਰਤੀ ਦੀ ਆਪਣੀ ਬੋਲੀ ਨੂੰ ਉਹ ਮਾਣ ਬਖਸ਼ਿਆ, ਸਭ ਨੂੰ ਬਰਾਬਰ ਦਾ ਸਤਿਕਾਰ ਦਿੱਤਾ। ਅਸੀਂ ਸਾਰੀਆਂ ਦੂਜੀਆਂ ਸਭਿਅਤਾਵਾਂ ਦੂਜੀਆਂ ਬੋਲੀਆਂ ਦਾ ਸਤਿਕਾਰ ਕਰਦੇ ਹਾਂ, ਕਹਿਣ ਤੋਂ ਭਾਵ ਇਹ ਆ ਵੀ ਬੋਲੀ ਨੂੰ ਪਿਆਰ ਜ਼ਰੂਰ ਕਰੋ, ਪਰ ਉਸ ਬੋਲੀ ਦੇ ਖਾਣ ਵਾਲਿਆਂ ਨੂੰ ਜ਼ਰੂਰ ਪੁੱਛੋ ਵੀ ਤੁਸੀਂ ਇਹ ਬੋਲੀ ਬਾਰੇ ਕੀ ਵਿਚਾਰ ਰੱਖਦੇ ਆ। ਮੈਨੂੰ ਨਾਂ ਲੈਣ 'ਚ ਕੋਈ ਹਰਜ ਨਹੀਂ, ਸੁਰਜੀਤ ਪਾਤਰ, ਗੁਰਭਜਨ ਗਿੱਲ, ਬਰਿਆਮ ਸੰਧੂ, ਇਹਨਾਂ ਦੇ ਮੂੰਹ ਕਿਉਂ ਬੰਦ ਹੋ ਜਾਂਦੇ ਆ? ਇੱਥੇ ਸਾਡੇ ਸਰੀ ਦੇ ਵਿੱਚ ਚੱਲਦਾ ਉਹ ਮੋਟਰ ਸੁੱਕੀ ਵਾਗ ਹੋਣੀ ਕਰਵਾਉਂਦੇ ਆ ਮੇਲਾ, ਉਹਨਾਂ ਨੂੰ ਕਿਉਂ ਨਹੀਂ ਕਦੇ ਪੁੱਛਿਆ, ਕਦੇ ਕਿਸੇ ਨੇ ਸਵਾਲ ਕੀਤਾ? ਕੋਈ ਨਹੀਂ, ਮੈਂ ਕੱਲ ਫੋਨ ਕੀਤਾ ਸੀ ਉਹਨਾਂ ਨੂੰ ਹੈਗਾ, ਅਸੀਂ ਪਲੈਨ ਕਰ ਚੁੱਕੇ ਹਾਂ, ਮੈਂ ਉਹ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਪ੍ਰੋਗਰਾਮ ਕਰਦੇ ਆ। ਪਰਸੋਂ ਨੂੰ ਮੈਂ ਦੇਖਿਆ ਪ੍ਰੋਗਰਾਮ ਵਿੱਚ ਖਾਲਸਾ ਲਾਇਬ੍ਰੇਰੀ 'ਚ ਵੀ ਹੋਣਾ, ਗੁਰੂ ਨਾਨਕ ਸਾਹਿਬ ਦੇ ਬਰਿਆਮ ਸੰਧੂ ਤੇ ਹਰਜਿੰਦਰ ਵਾਲੀਆ ਨੇ ਕਰਨਾ। ਮੈਂ ਉਹਨੂੰ ਪੁੱਛਿਆ ਵੀ ਕਮੈਂਟ ਕਰਕੇ ਉੱਤੇ ਕੋਮਨ ਲਿਪੀ 'ਚ ਲਿਖਿਆ ਸੀਗਾ, ਮੈਂ ਪੁੱਛਿਆ ਗੁਰੂ ਨਾਨਕ ਸਾਹਿਬ ਦੀ ਤੁਸੀਂ ਗੁਰਮੁਖੀ ਲਿਪੀ ਨੂੰ ਤੱਕ ਨਹੀਂ ਲਿਖ ਸਕਦੇ ਤਾਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਕਰਨ ਦਾ ਕਿੱਦਾਂ ਦਾਵਾ ਕਰਦੇ ਆ? ਕੋਈ ਜਵਾਬ ਨਹੀਂ ਆਇਆ। ਇਹਨਾਂ ਨੂੰ ਵਾਰ ਵਾਰ ਸਵਾਲ ਕਰੀਦੇ ਆ, ਅਸੀਂ ਕੋਈ ਕਿਸੇ ਦੇ ਨਾਲ ਵੱਧ ਘੱਟ ਨਹੀਂ ਹੁੰਦੇ, ਅਸੀਂ ਦਲੀਲ ਦੇ ਨਾਲ ਗੱਲ ਕਰਦੇ ਹਾਂ ਇਹਨਾਂ ਸਾਰਿਆਂ ਨੂੰ। ਅਸਲ ਦੇ ਵਿੱਚ ਇਹ ਜਿਹੜੇ ਬੁੱਧੀਜੀਵੀ ਆ
ਜਿਹਨੇ ਇਹ ਬੇਈਮਾਨ ਆ ਇਹਨਾਂ ਤੋਂ ਵੱਧ ਕੋਈ ਬੇਈਮਾਨ ਨਹੀਂ ਹੈਗਾ। ਇੱਕ ਦੂਜੇ ਨੂੰ ਸਨਮਾਨ ਦੇਈ ਜਾਂਦੇ ਰਹਿੰਦੇ ਆ, ਇਹਨਾਂ ਨੇ ਇਹ ਕੰਮ ਫੜਿਆ ਆ। ਸਾਡਾ ਮਕਸਦ ਉਹ ਲੀਡਰਾਂ ਜਾਂ ਦਿੱਲੀ ਦਰਬਾਰ ਨੂੰ ਗਾਲਾਂ ਕੱਢ ਕੇ ਜਾਂ ਉਹਨਾਂ ਨੂੰ ਮਾੜਾ ਚੰਗਾ ਕਹਿ ਕੇ, ਅਸਲ 'ਚ ਸਾਡੇ ਆਪਣੇ ਜਿਹੜੇ ਇਹ ਖੋਤੀ ਆ, ਕਿਸੇ ਨੇ ਪੱਗਾਂ ਬੰਨੀਆਂ ਆ ਜਾਂ ਕੋਈ ਕਿਸੇ ਤਰ੍ਹਾਂ ਵੀ ਆ, ਉਹ ਇਸ ਤਰ੍ਹਾਂ ਨਹੀਂ ਹੋਇਆ। ਉਹਦਾ ਪੰਜਾਬੀ ਕਿਰਦਾਰ ਦੇਖੋ, ਸਾਡੇ ਵਿੱਚ ਬਹੁਤ ਸਾਰੇ ਲੋਕ ਸ਼ਾਮਿਲ ਹੋ ਜਾਂਦੇ ਆ, ਸਾਨੂੰ ਕਹਿਣੀ ਤੇ ਕਰਨੀ ਵਾਲੇ ਕਿਰਦਾਰ ਪਛਾਣਨੇ ਪੈਣੇ ਆ, ਕਿਉਂਕਿ ਇਹ ਗੱਲਾਂ ਕੋਈ ਹੋਰ ਲੋਕਾਂ ਨੇ ਨਹੀਂ ਕਰਨੀਆਂ। ਕੋਈ ਵੱਡੇ ਵੱਡੇ ਬੁੱਧੀਜੀਵੀ ਕਿਸੇ ਬੋਲੀ ਦਾ ਪ੍ਰਚਾਰ ਨਹੀਂ ਕਰ ਸਕਦੇ, ਨਾ ਤਾਂ ਧਰਮ ਨੂੰ ਪ੍ਰਚਾਰ ਦੀ ਲੋੜ ਹੁੰਦੀ ਆ ਨਾ ਬੋਲੀ ਨੂੰ। ਧਰਮ ਨੂੰ ਕਹਿਣੀ ਤੇ ਕਰਨੀ ਵਾਲੇ ਉੱਚੇ ਸੁੱਚੀ ਕਰਨ ਵਾਲੇ ਲੋਕ ਆਪਣੇ ਆਪ ਉਹਦਾ ਪ੍ਰਚਾਰ ਕਰਦੇ, ਇਸ ਤਰ੍ਹਾਂ ਬੋਲੀ ਨੂੰ ਪਿਆਰ ਕਰਨ ਵਾਲੇ ਉਹਦੀ ਮਿੱਟੀ ਵਿੱਚ ਜੰਮੇ ਉਹਦੇ ਆਪਣੇ ਆਪ ਪ੍ਰਚਾਰ ਕਰਨ ਦੇ ਦਾਅਵਾ ਪੇਸ਼ ਹੋ ਜਾਂਦਾ ਆ। ਮੇਰਾ ਸਿਰਫ ਬਹੁਤ ਗੱਲਾਂ ਹੋਈਆਂ, ਇਹ ਕਹਿੰਦਾ ਵੀ ਇਹ ਜਿਹੜਾ ਸਾਡਾ ਕੋਈ ਰੋਸ ਨਹੀਂ ਹੈਗਾ ਕਿਸੇ ਵਿਅਕਤੀ ਵਿਸ਼ੇ ਦੇ ਵਿਰੁੱਧ, ਪਰ ਸਾਡਾ ਇੱਕ ਬੋਲੀ ਦੇ ਸਤਿਕਾਰ, ਆਪਣੀ ਇੱਕ ਸਭਿਅਤਾ ਦੇ ਬੋਲੇ, ਪੰਜਾਬੀ ਬੋਲੀ ਜਿੰਦਾਬਾਦ, ਪੰਜਾਬੀ ਬੋਲੀ ਜਿੰਦਾਬਾਦ, ਪੰਜਾਬੀ ਬੋਲੀ ਜਿੰਦਾਬਾਦ, ਜਿੰਦਾਬਾਦ, ਪੰਜਾਬੀ ਦੇ ਜਿੰਦਾਬਾਦ। ਦੇਖੋ ਸਾਨੂੰ ਪਿੱਛੇ ਜਾਂ ਪੰਜਾਬ ਦੇ ਵਿੱਚ ਮੁਸੀਬਤ ਆਈ ਆ, ਸਰਕਾਰੀ ਹੜ੍ਹ ਆਏ ਆ, ਉਹਨਾਂ ਦੇ ਵਿੱਚ ਖਾਲਸਾ ਏਡ ਤੇ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਕਲਾਕਾਰ ਵੀ, ਜਿਹਦੇ ਵਿੱਚ ਨਾਮ ਮੈਨੂੰ ਲੈਣ 'ਚ ਕੋਈ ਹਰਜ ਨਹੀਂ, ਤਰਸੇਮ ਜੱਸੜ ਜਾਂ ਹੋਰ, ਉਹਨਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਹਨੂੰ ਪੁੱਛੋ ਤਾਂ ਗੁਰਦਾਸ ਮਾਨ ਵਰਗਿਆਂ ਨੂੰ, ਇਹਨੇ ਕਦੇ ਫੁੱਟੀ ਗੋਡੀ ਦਿੱਤੀ ਆ? ਇਹ ਲੋਕ ਸਾਡੇ ਤੋਂ ਡਾਲਰ ਦੱਬ ਕੇ ਲੈ ਜਾਂਦੇ, ਲੁੱਟ ਕੇ ਲੈ ਜਾਂਦੇ ਆ। ਇਹ ਲੋਕ ਬਾਰ ਬਾਰ ਇਹ ਚੁਟਕਲੇ ਲਿਖਦੇ ਆ ਗੁਰਦੁਆਰਾ ਸਾਹਿਬਾਨ ਦੇ ਉੱਤੇ ਵੀ ਧਰਮ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਜਾਂਦਾ ਫਲਾਨਾ। ਇਹਨਾਂ ਨੂੰ ਪੁੱਛੋ ਤੁਸੀਂ ਕਿਹੜਾ ਟੋਲੇ ਬਣਾਇਆ ਆ, ਤੁਸੀਂ ਲੋਕਾਂ ਨੂੰ ਠਗਣ ਆਉਂਦੇ? ਅਸਲ ਦੇ ਵਿੱਚ ਇਹ ਠੱਗ ਅਸਲੀ ਇਹ ਆ, ਤੁਹਾਡੀਆਂ ਕਿਰਤ ਕਮਾਈਆਂ ਨੂੰ ਲੁੱਟਣ ਵਾਲੇ। ਇਹਨਾਂ ਨੇ ਕਦੇ ਤੁਹਾਡੇ ਹਿਸਾਬ ਨਹੀਂ ਦੇਣੇ, ਇਹ ਉਹਨਾਂ ਅਹੁਦਿਆਂ ਤੇ ਲੈ ਵੱਡੇ ਵੱਡੇ ਅਹੁਦੇ ਵੀ ਲੈਂਦੇ ਆ। ਪੰਜਾਬੀ ਬੋਲੀ ਦਾ ਜਿਹੜਾ ਵੀ ਮਾਣ ਸਤਿਕਾਰ ਕਰਨਾ ਸੀਗਾ ਉਹ ਦਿੱਲੀ ਦਰਬਾਰ ਤੋਂ ਇਹਨਾਂ ਨੇ ਕਰਵਾਉਣਾ ਸੀਗਾ, ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ। ਤੇ ਗੱਲਾਂ ਹੋਰ ਬਹੁਤ ਬੁਲਾ ਰਹੇ ਆ, ਪਰ ਇੰਨਾ ਖਿਆਲ ਜ਼ਰੂਰ ਰੱਖੋ ਆਪਣੀ ਸਭਿਅਤਾ ਨੂੰ ਪਿਆਰ ਕਰਨ ਵਾਲੇ ਲੋਕ ਹੀ ਜਿਉਂਦੇ ਹੁੰਦੇ ਆ, ਨਹੀਂ ਤਾਂ ਕੋਈ ਨੀ ਚੇਤੇ ਰੱਖਦਾ। ਜਿਹਨਾਂ ਨੇ ਆਪਣੀ ਬੋਲੀ ਆਪਣੀ ਸਭਿਅਤਾ ਛੱਡ ਦਿੱਤੀ ਆ, ਉਹਨਾਂ ਦੀ ਇੱਕ ਨਸਲ ਇੱਥੇ ਵੱਧ ਤੋਂ ਵੱਧ ਰਹਿਣੀ, ਦੂਜੀ ਨਸਲ ਨੇ ਉਹਨਾਂ ਨੂੰ ਭੁੱਲ ਭੁਲਾ ਜਾਣਾ ਇੱਥੇ ਦੁਨੀਆਂ ਤੇ, ਕੋਈ ਕਿਸੇ ਨੂੰ ਚੇਤੇ ਰੱਖਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।